ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿਚ ਅੱਜ ਗੱਲਬਾਤ ਹੋਏਗੀ ਜੀ ਦਿਨ ਸੋਮਵਾਰ ਤੇ ਡਾਕਟਰ ਸ਼ਿੰਦਰ ਕੌਰ ਹੋਰੀ ਸਾਡੇ ਅੱਜ ਦੇ ਮਹਿਮਾਨ ਹੋਣਗੇ। ਤੁਸੀਂ ਜੇਕਰ ਕੋਈ ਵੀ ਸਵਾਲਾਤ ਕਰਨਾ ਚਾਹੁੰਦੇ ਹੋ ਤਾਂ ਗੱਲਬਾਤ ਤੋਂ 15 ਮਿੰਟ ਬਾਅਦ ਤੁਸੀਂ ਆਪਣੇ ਸਵਾਲਾਤ ਕਰ ਸਕਦੇ ਹੋ। ਸੋ ਵਾਸ਼ਿੰਗਟਨ ਫਰੇਟ ਸਰਵਿਸਿਜ਼ ਨੂੰ ਓਨਰ ਆਪਰੇਟਰ ਤੇ ਡਰਾਈਵਰਸ ਦੀ ਜ਼ਰੂਰਤ ਹੈ ਜੀ, ਲੋਕਲ ਵਰਕ ਹੈ ਸੈਟਲ ਦੇ ਵਿਚ। ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ ਸੰਪਰਕ ਕਰ ਲਓ 206-354-4060 ਦੇ ਉੱਤੇ ਜਾਂ ਫਿਰ ਜਗਦੇਵ ਸੰਧੂ ਹੋਰਾਂ ਨਾਲ 2532666924 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਤੇ ਬੇਕਰਸਫੀਲਡ ਦੇ ਵਿਚ ਬਿਜਲੀ ਦੇ ਬਿੱਲ ਜ਼ੀਰੋ ਲਿਆਉਣ ਦੇ ਲਈ ਜਤਿੰਦਰ ਸਿੰਘ ਤੂਰ ਹੋਰਾਂ ਨਾਲ ਸੰਪਰਕ ਕਰ ਲਓ 6617541722 ਦੇ ਉੱਤੇ ਕਾਲ ਕਰ ਸਕਦੇ ਹੋ। ਸੋ ਪ੍ਰੋਗਰਾਮ ਸ਼ਮਾਦਾਨ ਬਾਦਸਤੂਰ ਇਸੇ ਤਰ੍ਹਾਂ ਜਾਰੀ ਰਹੇਗਾ। ਤੇ ਇਸ ਤੋਂ ਪਹਿਲਾਂ ਕਿ ਡਾਕਟਰ ਸ਼ਿੰਦਰ ਕੌਰ ਹੋਰਾਂ ਦੇ ਨਾਲ ਗੱਲਬਾਤ ਕਰੀਏ ਤੇ ਆਪਾਂ ਜੇ ਕਿਸੇ ਵੀਰ ਨੇ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਤਾਂ ਸੰਪਰਕ ਕਰ ਸਕਦੇ ਆ ਮੇਰੇ ਨਾਲ +91 9780141741741 ਤੇ 97-801-41-741 ਦੇ ਉੱਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਤੇ ਐਡਵਰਟੀਜ਼ਮੈਂਟਸ ਦੇ ਰੇਟ ਵੀ ਬੜੇ ਰੀਜ਼ਨੇਬਲ ਨੇ ਜੀ, ਸੋ ਤੁਸੀਂ ਐਡਵਰਟੀਜ਼ਮੈਂਟ ਵੀ ਦੇ ਸਕਦੇ ਹੋ, ਖਾਸ ਕਰਕੇ ਜਿਹੜੇ ਟਰੱਕਿੰਗ ਇੰਡਸਟਰੀ ਨਾਲ ਜੁੜੇ ਵੀਰ ਨੇ। ਰੇਡੀਓ ਪੰਜਾਬ ਟੂਡੇ ਦਾ ਜਿਹੜਾ ਦਾਇਰਾ ਹੈ ਦਿਨ ਬਾ ਦਿਨ ਲਗਾਤਾਰ ਵੱਧਦਾ ਜਾਂਦਾ ਹੈ। ਸੋ ਮਾਫੀ ਕਰਨਾ ਜੀ, ਅੱਜ ਥੋੜੀ ਤਬੀਅਤ ਵੀ ਸੈੱਟ ਨਹੀਂ ਸੀ, ਬੇਸ਼ੱਕ ਸੈਟਰਡੇ ਸੰਡੇ ਦੋ ਦਿਨ ਰੈਸਟ ਤਾਂ ਪ੍ਰੋਗਰਾਮ ਤੋਂ ਹੀ ਹੁੰਦਾ ਪਰ ਅਦਰਵਾਈਜ਼ ਨਹੀਂ ਹੁੰਦਾ ਜੀ, ਥੱਕ ਜਾਈਦਾ ਕਈ ਵਾਰੀ ਕਿਉਂਕਿ ਕਿਸਾਨ ਸੰਘਰਸ਼ ਚੱਲ ਰਿਹਾ, ਹਰ ਜਗ੍ਹਾ ਤੇ ਪਹੁੰਚ ਰਹੇ ਹਾਂ, ਜਿੰਨੀ ਵੱਧ ਤੋਂ ਵੱਧ ਕੋਸ਼ਿਸ਼ ਹੋ ਰਹੀ ਹੈ। ਸੋ ਜੇਕਰ ਕੋਈ ਨੌਜਵਾਨ ਵੀਰ ਜੁੜਨਾ ਚਾਹੁੰਦਾ ਸਾਡੇ ਨਾਲ ਤਾਂ ਉਹਦਾ ਧੰਨਵਾਦ ਹੈ, ਫ੍ਰੀ ਟ੍ਰੇਨਿੰਗ ਦੇ ਦਿਆਂਗੇ ਜੀ। ਤੇ ਤੁਸੀਂ ਜੀ ਤੇ ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿਚ ਤੁਸੀਂ ਕੋਈ ਵੀ ਮਸ਼ਹੂਰੀ ਜਾਂ ਕੋਈ ਸੂਚਨਾ ਕਰਾਉਣਾ ਚਾਹੁੰਦੇ, ਸਮਾਜਿਕ ਜਿਹੜੀਆਂ ਸੂਚਨਾਵਾਂ ਨੇ ਉਹਦਾ ਕੋਈ ਜਿਹੜਾ ਅਸੀਂ ਚਾਰਜਿਸ ਨਹੀਂ ਲੈਂਦੇ ਹਾਂ। ਸੋ ਬਿਲਕੁਲ ਫ੍ਰੀ ਹੁੰਦੀਆਂ ਨੇ ਸਮਾਜਿਕ ਸੂਚਨਾਵਾਂ ਜਿੰਨੀਆਂ ਵੀ ਨੇ, ਸਮਾਜ ਨਾਲ ਜੁੜੀਆਂ ਨੇ। ਅਸੀਂ ਅਸੂਲ ਹੀ ਬਣਾਇਆ ਕਿਉਂਕਿ ਇਸ ਰੇਡੀਓ ਨੂੰ ਤੁਸੀਂ ਬਹੁਤ ਸਹਿਯੋਗ ਦਿੰਦੇ ਹੋ, ਤੁਹਾਡੇ ਸਹਿਯੋਗ ਨਾਲ ਇਹ ਰੇਡੀਓ ਚੱਲਦਾ, ਸਾਡਾ ਵੀ ਕੁਝ ਫਰਜ਼ ਬਣਦੇ ਨੇ। ਸੋ ਅੱਜ ਗੱਲਬਾਤ ਕਰਦੇ ਹਾਂ ਜੀ ਡਾਕਟਰ ਸ਼ਿੰਦਰ ਕੌਰ ਨਾਲ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਭਾਜੀ, ਤੇ ਜਿੰਨੇ ਵੀ ਸੁਣ ਰਹੇ ਨੇ ਸਭਨਾਂ ਨੂੰ ਤੁਹਾਡੇ ਰਾਹੀਂ ਨਿੱਘੀ ਫਤਿਹ ਜੀ। ਭੈਣ ਜੀ, ਗੱਲ ਆਪਾਂ ਕਰਦੇ ਕਿ ਆਪਾਂ ਵੀ ਬੜੀਆਂ ਗੱਲਾਂ ਕੀਤੀਆਂ ਨੇ ਜਦੋਂ ਕੋਰੋਨਾ ਚੱਲਿਆ ਜਾਂ ਹੋਰ ਸਮੇਂ ਸਮੇਂ ਦੇ ਉੱਤੇ ਗੱਲਾਂ ਹੁੰਦੀਆਂ ਨੇ, ਤਾਂ ਹਮੇਸ਼ਾ ਜਿਹੜੀਆਂ ਨੇ ਘਰੇਲੂ ਨੁਸਖੇ ਸਾਡੀਆਂ ਜੜੀਆਂ ਬੂਟੀਆਂ ਜਿਵੇਂ ਹਲਦੀ, ਤੁਲਸੀ, ਧਨੀਆ, ਪੁਦੀਨਾ, ਜੀਰਾ, ਬਹੁਤ ਕੁਛ ਗੱਲਾਂ ਆਉਂਦੀਆਂ ਨੇ। ਸੋ ਕਈ ਵਾਰੀ ਆਪਾਂ ਲੱਗ ਜਾਂਦੇ ਇਹਨਾਂ ਨੂੰ ਜਦੋਂ ਗੱਲ ਸੁਣ ਲਈ ਵੀ ਇਹ ਕਿਹੜਾ ਨੁਕਸਾਨ ਕਰਦੀਆਂ, ਚੱਲ ਦੋ ਵੱਧ ਖਾ ਲਓ, ਹੈਂਜੀ ਇਹ ਕਿਹੜਾ ਕੋਈ ਅੰਗਰੇਜ਼ੀ ਦਵਾਈ ਹੈ, ਦੋ ਚੁਟਕੀਆਂ ਵੱਧ ਲੈ ਲਓ। ਇਹਨਾਂ ਦੀ ਜਦੋਂ ਮਾਤਰਾ ਅਸੀਂ ਵੱਧ ਲੈ ਲੈਂਦੇ ਹਾਂ ਜਾਂ ਬਿਨਾਂ ਸੋਚੇ ਸਮਝੇ ਲੈਣ ਲੱਗ ਪੈਂਦੇ, ਖਾਸ ਕਰਕੇ ਕਈ ਲੋਕ ਤਾਂ ਹਲਦੀ ਵਾਲਾ ਦੁੱਧ ਦੀ ਵੱਟ ਕੱਢੀ ਆਉਂਦੇ ਲਗਾਤਾਰ, ਹੈਂਜੀ ਇੱਥੋਂ ਤੱਕ ਕਿ ਮਿਲਕ ਫੈਡ ਨੇ ਵੀ ਹਲਦੀ ਵਾਲਾ ਦੁੱਧ ਬਣਾ ਦਿੱਤਾ। ਇਹ ਕੀ ਹਾਨੀਕਾਰਕ ਨੇ ਜਾਂ ਕੋਈ ਫਾਇਦਾ ਵੀ ਹੁੰਦਾ ਇਹਨਾਂ ਦਾ ਜਾਂ ਕੋਈ ਨੁਕਸਾਨ ਵੀ ਕਰ ਸਕਦੀਆਂ ਨੇ?
ਬਿਲਕੁਲ ਭਾਜੀ, ਬੜਾ ਕਮਾਲ ਦਾ ਤੁਸੀਂ ਟੋਪਿਕ ਚੁਣਿਆ। ਦਰਅਸਲ ਅਸੀਂ ਪਹਿਲਾਂ ਆਪਾਂ ਤੁਹਾਡੇ ਪ੍ਰੋਗਰਾਮ ਚ ਦੱਸਿਆ ਵੀ ਹੈ ਵੀ ਹਲਦੀ ਆਏ ਕਈ ਚੀਜ਼ਾਂ ਕੁਦਰਤੀ ਦੱਸੀਆਂ, ਤੇ ਸਾਡੇ ਕੋਲ ਹੁਣ ਜੋ ਰਿਸਰਚ ਲੇਟੈਸਟ ਵੀ ਆਈ ਹੈ ਜਿੱਥੇ ਆਲ ਇੰਡੀਆ ਇੰਸਟੀਚਿਊਟ ਚ ਵੀ ਲੋੜੋਂ ਵੱਧ ਹਲਦੀ ਸਦਕਾ ਜਿਹੜੀ ਦਿਲ ਦੀ ਧੜਕਣ ਦੀ ਗੜਬੜੀ ਨਾਲ ਮੌਤ ਵੀ ਹੋ ਗਈ, ਸੋ ਵਾਕਈ ਇਹ ਗੱਲ ਸਭ ਨੂੰ ਦੱਸਣੀ ਚਾਹੀਦੀ ਹੈ ਵੀ ਅਸੀਂ ਬਿਨਾਂ ਹੀ ਸੋਚੇ ਸਮਝੇ ਧੜਾ ਧੜ ਜੋ ਖਾਈ ਜਾ ਰਹੇ ਹਾਂ ਉਹਨਾਂ ਸਾਰੀਆਂ ਚੀਜ਼ਾਂ ਦੇ ਮਾੜੇ ਅਸਰ ਵੀ ਹੋ ਸਕਦੇ ਨੇ। ਸੋ ਹਲਦੀ ਜਿੰਨੀ ਕੁ ਸਬਜ਼ੀ ਵਿਚ ਪਾ ਕੇ ਲਈ ਜਾਣੀ ਉਹ ਨੁਕਸਾਨ ਨਹੀਂ ਕਰਦੀ, ਪਰ ਅੱਜ ਕੱਲ ਮੈਨੂੰ ਤੇ ਆਪ ਹੀ ਨਹੀਂ ਸੀ ਪਤਾ, ਹੁਣ ਮਰੀਜ਼ ਆਣੇ ਸ਼ੁਰੂ ਹੋਏ ਨੇ ਤੇ ਪਤਾ ਲੱਗਿਆ, ਕੈਪਸੂਲਾਂ ਖਾਲੀ ਕੈਪਸੂਲਾਂ ਦੇ ਖੋਲ ਵਿਚ ਹਲਦੀ ਭਰ ਕੇ ਤੇ ਲੋਕ ਅੱਠ ਅੱਠ ਕੈਪਸੂਲ ਰੋਜ਼ ਖਾ ਰਹੇ ਨੇ। ਇਹਦੇ ਨਾਲ ਮੈਂ ਜ਼ਰੂਰ ਦੱਸਣਾ ਚਾਹੁੰਦੀ ਹਾਂ ਕਿ ਲੋੜੋਂ ਵੱਧ ਹਲਦੀ ਖਾਣ ਨਾਲ ਅਫਾਰਾ, ਦਿਲ ਕੱਚਾ ਹੋਣਾ, ਚੱਕਰ, ਟੱਟੀਆਂ ਲੱਗਣੀਆਂ ਇਹ ਤਾਂ ਆਮ ਜਿਹੀ ਗੱਲ ਏ, ਪਰ ਜੇ 1500 ਮਿਲੀਗ੍ਰਾਮ ਰੋਜ਼ ਜੇ ਖਾਧੀ ਜਾਵੇ ਤਾਂ ਉਹ ਦਿਲ ਦੀ ਧੜਕਣ ਦੀ ਬਹੁਤ ਜ਼ਿਆਦਾ ਗੜਬੜੀ ਕਰ ਸਕਦੀ ਹੈ ਤੇ ਜਾਨ ਲੇਵਾ ਵੀ ਬਣ ਸਕਦੀ ਹੈ। ਕੁਝ ਜਿਣਿਆਂ ਨੂੰ ਕਬਜ਼ ਹੋ ਸਕਦੀ ਹੈ, ਖੱਟੇ ਡਕਾਰ ਹੋ ਸਕਦੇ ਨੇ, ਤਿੱਖੀ ਢਿੱਡ ਪੀੜ ਹੋ ਸਕਦੀ ਹੈ। ਜਿਨ੍ਹਾਂ ਨੂੰ ਜਿਗਰ ਜਾਂ ਪਿੱਤੇ ਦੇ ਰੋਗ ਹੋਣ ਉਹਨਾਂ ਨੂੰ ਹਲਦੀ ਸਿਰਫ ਜਿੰਨੀ ਕੁ ਸਬਜ਼ੀ ਚ ਪੈ ਰਹੀ ਉਸ ਤੋਂ ਵੱਧ ਬਿਲਕੁਲ 1 ਗ੍ਰਾਮ ਵੀ ਨਹੀਂ ਖਾਣੀ ਚਾਹੀਦੀ, ਕਿਉਂਕਿ ਇਹ ਬਾਇਲ ਰਸ ਵਧਾ ਦਿੰਦੀ ਹੈ, ਪਿੱਤੇ ਦੀ ਪੱਥਰੀ ਹਿੱਲ ਵੀ ਸਕਦੀ ਹੈ, ਉਹਦੀ ਤਿੱਖੀ ਪੀੜ ਵੀ ਹੋ ਸਕਦੀ ਹੈ, ਜਾਂ ਪਿੱਤੇ ਦੀ ਪੱਥਰੀ ਜੇ ਜਿਗਰ ਦਾ ਰੋਗ ਹੈ ਬਣਨੀ ਸ਼ੁਰੂ ਵੀ ਹੋ ਸਕਦੀ ਹੈ। ਫਿਰ ਇਹਦੇ ਨਾਲ ਕੁਝ ਕਿਸਮ ਦੀਆਂ ਦਵਾਈਆਂ ਦਾ ਤਾਂ ਹਲਦੀ ਨਾਲ ਬਹੁਤ ਤਗੜਾ ਰਿਐਕਸ਼ਨ ਵੇਖਿਆ ਗਿਆ। ਆਮ ਤੌਰ ਤੇ ਲੋਕ ਕੈਂਸਰ ਦੀਆਂ ਦਵਾਈਆਂ ਜਦੋਂ ਜਾਂ ਸਟੀਰੋਇਡ, ਕਿਉਂਕਿ ਤੁਸੀਂ ਇਸ ਕਰਕੇ ਸਟੀਰੋਇਡ ਦਾ ਗੱਲ ਕੀਤੀ ਕਿ ਇਸ ਵੇਲੇ ਜਿਹੜਾ ਸੀਰੀਅਸ ਕੇਸ ਹੋ ਜਾਂਦਾ ਉਦੋਂ ਤਾਂ ਹਲਦੀ ਖੈਰ ਕੀ ਖਾਣੀ ਆ, ਉਹ ਬੇਹੋਸ਼ ਹੀ ਹੁੰਦਾ, ਪਰ ਜਦੋਂ ਸਟੀਰੋਇਡ ਤੱਕ ਵੀ ਸ਼ੁਰੂ ਕਿਸੇ ਨੂੰ ਕਰਨੇ ਪੈ ਜਾਣ ਉਦੋਂ ਇਹ ਹਲਦੀ ਦੇ ਕੈਪਸੂਲ ਰੱਬ ਦਾ ਵਾਸਤਾ ਜੇ ਨਾ ਖਾਓ, ਇਹਨਾਂ ਨਾਲ ਸਗੋਂ ਰਿਐਕਸ਼ਨ ਹੋ ਜਾਂਦਾ ਤੇ ਉਹਦਾ ਦਾ ਅਸਰ ਵੀ ਘਟਾ ਦਿੰਦੇ ਨੇ। ਯਾਨੀ ਇਹ ਐਵੇਂ ਕੋਈ ਚੀਜ਼ ਨਹੀਂ ਹੈ, ਜਿੰਨੀਆਂ ਵੀ ਇਹੋ ਜਿਹੀਆਂ ਜੜੀਆਂ ਬੂਟੀਆਂ ਤੋਂ ਬਣੀ ਚੀਜ਼ ਹੁੰਦੀ ਹੈ ਇਹਦੀ ਮਾਤਰਾ ਬਹੁਤ ਹਲਕੀ ਤੇ ਘੱਟ ਹੀ ਅਸਰਦਾਰ ਹੁੰਦੀ। ਜੇ ਜਿੰਨੀ ਅਸੀਂ ਦੁੱਧ ਵਾਲੇ, ਮੈਂ ਤਾਂ ਅੱਗੇ ਵੀ ਬਹੁਤ ਵਾਰ ਕਹਿ ਚੁੱਕੀ ਕਿ ਜਿਹੜਾ ਦੁੱਧ ਨਾਲ ਤੁਸੀਂ ਲਈ ਜਾ ਰਹੇ ਹੋ ਹਲਦੀ ਇਹ ਅਬਜ਼ੋਰਬ ਹੀ ਨਹੀਂ ਹੁੰਦੀ ਜਦ ਤੱਕ ਕਾਲੀ ਮਿਰਚ ਨਾ ਹੋਵੇ। ਯਾਨੀ ਤੁਸੀਂ ਆਪਣੀ ਤਸੱਲੀ ਮਨ ਨੂੰ ਕਰ ਰਹੇ ਹੋ ਤੇ ਜ਼ਰੂਰ ਕਰੀ ਜਾਓ, ਪਰ ਉਹਦਾ ਨੁਕਸਾਨ ਨਾ ਆਪਣੇ ਸਰੀਰ ਨੂੰ ਕਰਾਇਓ। ਸੋ ਥੋੜਾ ਰੱਤਾ ਹਿਸਾਬ ਨਾਲ ਲਓ। ਬਿਲਕੁਲ ਇਸੇ ਤਰ੍ਹਾਂ ਹੁਣ ਐਲੋਵੀਰਾ ਜੂਸ, ਕੁਆਰ ਗੰਦਲ, ਮੈਨੂੰ ਨਹੀਂ ਪਤਾ ਕਿਉਂ ਬੋਤਲਾਂ ਦੀਆਂ ਬੋਤਲਾਂ ਲੋਕ ਰੋਜ਼ ਪੀ ਰਹੇ ਨੇ। ਇਸ ਤਰੀਕੇ ਸ਼ਾਇਦ ਇੱਕ ਖਬਰ ਜ਼ਰੂਰ ਛਪੀ ਸੀ ਕਿ ਜਿੱਥੇ ਘੀਏ ਦਾ ਜੂਸ ਸੀ ਪੂਰੀ ਬੋਤਲ ਪੀਤੀ, ਮੀਆਂ ਬੀਵੀ ਦੋਨੋਂ ਹੀ ਮਰ ਗਏ ਤੇ ਉਹ ਕੁਦਰਤੀ ਅਜੇ ਬੋਤਲ ਪਈ ਸੀ ਖੁੱਲੀ ਜਿੱਥੇ ਉਹ ਇੰਨੀ ਕੁ ਜ਼ਹਿਰੀਲੀ ਹੋ ਜਾਂਦੀ ਹੈ। ਪਰ ਜਿਹੜੀ ਐਲੋਵੀਰਾ ਜੂਸ ਦੇ ਨਾਲ ਜੋ ਨੁਕਸਾਨ ਅਸੀਂ ਦੇਖ ਰਹੇ ਹਾਂ ਉਹ ਇਹ ਕਿ ਇਹ ਦਿਲ ਦੀਆਂ ਦਵਾਈਆਂ ਦੇ ਅਸਰ ਨੂੰ ਵਧਾ ਦਿੰਦੀ ਹੈ। ਜਿਹੜੇ ਲੈ ਰਹੇ ਨੇ ਜਿਨ੍ਹਾਂ ਦੇ ਰੈਗੂਲਰ ਹਾਰਟ ਦੇ ਵਾਸਤੇ ਲੈ ਰਹੇ ਨੇ ਤੇ ਉਹ ਧੜਕਣ ਯਾਨੀ ਰੈਗੂਲਰ ਹੀ ਨਹੀਂ ਰਹਿੰਦੀ, ਉਹ ਦਿਲ ਨੂੰ ਇਕਦਮ ਯਾਨੀ ਦਿਲ ਫੇਲ ਹੋ ਸਕਦਾ, ਹਾਰਟ ਅਟੈਕ ਹੋ ਸਕਦਾ, ਇਸੇ ਤਰ੍ਹਾਂ ਢਿੱਡ ਪੀੜ ਤਗੜੀ, ਟੱਟੀਆਂ ਲੱਗਣੀਆਂ, ਤੇ ਇਹਦੇ ਨਾਲ ਜੇ ਕਿਸੇ ਨੂੰ ਰਿਐਕਸ਼ਨ ਹੋਵੇ ਤਾਂ ਇਕਦਮ ਸਾਹ ਘੁੱਟ ਸਕਦਾ। ਯਾਨੀ ਇਹ ਹਿਸਾਬੀ ਚੀਜ਼ ਆਮ ਤੌਰ ਤੇ ਕੁਆਰ ਗੰਦਲ ਦੇ
ਅਚਾਰ ਵਜੋਂ ਤੁਸੀਂ ਅੱਧਾ ਕੁ ਚਮਚਾ ਜਿਵੇਂ ਕਦੇ ਕਿਸੇ ਵੇਲੇ ਲੈ ਲਿਆ ਜਾਂ ਨਹੀਂ, ਇਸ ਕਿਸਮ ਦੀ ਚੀਜ਼ ਹੋਇਆ ਕਰਦੀ ਸੀ, ਕਿਉਂਕਿ ਜਿਹੜੀਆਂ ਬੂਟੀਆਂ ਕੁਦਰਤ ਨੇ ਖੁਸ਼ਬੂ ਲਈ, ਸਵਾਦ ਲਈ ਤੇ ਉਹਨਾਂ ਦੇ ਅਸਰ ਦੇ ਹਿਸਾਬ ਨਾਲ ਮਿਹਨਤੀ ਨਾਲ ਲੈਣ ਵਾਸਤੇ ਬਣਾਈਆਂ ਗਈਆਂ ਸੀ। ਹੁਣ ਗਿਲੋ ਦੇਖੋ ਜੀ, ਗਿਲੋ ਇੰਨੀ ਕੁ ਤਗੜੀ ਏ ਕਿ ਇਸ ਵੇਲੇ ਮੇਰਾ ਖਿਆਲ ਹੈ ਕੋਈ ਵਿਰਲੀ ਦੁਕਾਨ ਹੋਣੀ ਹੈ ਜਿੱਥੇ ਗਿਲੋ ਨਾ ਹੋਵੇ। ਉਹਨਾਂ ਦੀ ਜ਼ਿਕਰ ਖਾਸ ਤੌਰ ਤੇ ਇਸ ਕਰਕੇ ਕਰ ਰਹੀ ਹਾਂ ਕਿ ਲੋਕ ਤਾਂ ਬੱਚਿਆਂ ਨੂੰ ਵੀ ਨਹੀਂ ਛੱਡ ਰਹੇ, ਨਿੱਕੇ ਨਿੱਕੇ ਬੱਚਿਆਂ ਨੂੰ ਮਾਂ ਦਾ ਦੁੱਧ ਪਿਆਉਂਦਿਆਂ ਨੂੰ ਗਿਲੋ ਦਾ ਚਮਚਾ ਪਿਆਈ ਕਰੋਨਾ ਨਹੀਂ ਹੋਊਗਾ। ਗਿਲੋ ਰੋਜ਼ ਜੇ ਖਾਧੀ ਜਾਵੇ ਤਾਂ ਇਹ ਬਹੁਤ ਜ਼ਿਆਦਾ ਤੇਜ਼ ਚੀਜ਼ ਹੈ ਜਿਹੜੀ ਕਬਜ਼ ਕਰ ਦਿੰਦੀ ਹੈ ਜੀ। ਸਰੀਰ ਵਿੱਚੋਂ ਸ਼ੱਕਰ ਦੀ ਮਾਤਰਾ ਇਕਦਮ ਡਾਊਨ ਕਰ ਸਕਦੀ ਹੈ, ਤੁਹਾਨੂੰ ਚੱਕਰ ਆ ਸਕਦਾ, ਗਿਰ ਸਕਦੇ ਹੋ। 8 ਹਫ਼ਤਿਆਂ ਤੋਂ ਵੱਧ ਜੇ ਕਿਤੇ ਇਹਦੀ ਵਰਤੋਂ ਕੀਤੀ ਜਾਵੇ ਬਹੁਤ ਥੋੜੀ ਮਾਤਰਾ ਵਿੱਚ ਵੀ ਜੀ, ਵੀ ਇਹ ਪੇਟ ਦਾ ਅਫਾਰਾ ਕਰ ਸਕਦੀ ਹੈ। ਤੇ ਸ਼ੱਕਰ ਰੋਗੀਆਂ ਵਿੱਚ ਤਾਂ ਕਈ ਵਾਰ ਇੰਨੀ ਸਵੀਅਰ ਘਟਾ ਦਿੰਦੀ ਹੈ ਸ਼ੂਗਰ ਦੀ ਮਾਤਰਾ ਕਿ ਜਾਨ ਨੂੰ ਖਤਰਾ ਪੈਦਾ ਹੋ ਸਕਦਾ। ਐਂਡ ਗਿਲੋ ਇੱਕ ਇੰਨੀ ਕੁ ਮੈਂ ਜਿਵੇਂ ਦੱਸ ਰਹੀ ਹਾਂ ਗਰਮ ਚੀਜ਼ ਹੈ ਜਿਹੜਾ ਸਾਡਾ ਇਮਿਊਨ ਸਿਸਟਮ ਨੂੰ ਲੋੜੋਂ ਵੱਧ ਤਗੜਾ ਕਰਦੀ ਹੈ। ਪਰ ਇਹਦਾ ਲੋੜੋਂ ਵੱਧ ਦੀ ਗੱਲ ਸਮਝੋ ਕੀ ਹੁੰਦਾ ਕਿ ਸਾਡੇ ਆਪਣਾ ਇਮਿਊਨ ਸਿਸਟਮ ਜਿਹਨੂੰ ਓਨਾ ਤੇਜ਼ ਹੋਣ ਦੀ ਲੋੜ ਨਹੀਂ, ਕੰਮ ਛੱਡ ਜਾਂਦਾ ਉਹ। ਨਹੀਂ ਜੀ ਨਹੀਂ ਛੱਡਦਾ, ਜੇ ਛੱਡ ਜਾਵੇ ਤਾਂ ਸਗੋਂ ਵਧੀਆ, ਛੱਡਦਾ ਨਹੀਂ, ਉਹ ਆਪਣੇ ਸਰੀਰ ਦੇ ਸੈੱਲ ਖਾਣ ਲੱਗ ਜਾਂਦਾ। ਯਾਨੀ ਤੁਹਾਨੂੰ ਲਿਊਪਸ ਵਰਗੀਆਂ ਬਿਮਾਰੀਆਂ, ਮਲਟੀਪਲ ਸਕਲਰੋਸਿਸ, ਰੂਮਟਾਇਡ ਆਰਥਰਾਈਟਸ, ਜਿਹਨਾਂ ਨੂੰ ਕਦੇ ਵੀ ਜੋੜਾਂ ਦੀ ਦਰਦ ਨਹੀਂ ਸੀ, ਜੋੜਾਂ ਦੀਆਂ ਦਰਦਾਂ ਹੋਣੀਆਂ ਸ਼ੁਰੂ ਹੋ ਜਾਣਗੀਆਂ। ਯਾਨੀ ਸਾਡਾ ਹੀ ਸਰੀਰ ਦਾ ਆਪਣਾ ਇਮਿਊਨ ਸਿਸਟਮ ਤਗੜਾ ਹੋ ਕੇ, ਜਿਹਨੂੰ ਸੈੱਲ ਤਾਂ ਮਾਰਨ ਨੂੰ ਕੋਈ ਮਿਲੇ ਨਹੀਂ ਜੀ, ਅੰਦਰ ਕੋਈ ਇਨਫੈਕਸ਼ਨ ਹੈ ਨਹੀਂ, ਉਹ ਇਹਨੂੰ ਅਸੀਂ ਪ੍ਰੀਵੈਂਟਿਵ ਖਾ ਖਾ ਕੇ ਉਹ ਸਾਡੇ ਹੀ ਜੋੜਾਂ ਦੇ ਸੈੱਲ ਜਿਹੜੇ ਸਾਡੇ ਆਪਣੇ ਸਰੀਰ ਦੇ ਜੋੜਾਂ ਉਹਨਾਂ ਨੂੰ ਖਾ ਜਾਂਦਾ ਫਿਰ ਜੀ ਜੀ ਜੀ। ਸੋ ਇਹ ਸਾਡੇ ਕੋਲ ਕੇਸ ਇਹ ਵੀ ਇੱਕ ਆ ਚੁੱਕਾ PGI ਵਿੱਚ, ਜਿਹਨੇ ਲੋੜੋਂ ਵੱਧ ਗਿਲੋ ਖਾ ਲਈ ਸੀ, ਉਹਦਾ ਸ਼ੂਗਰ ਦਾ ਪੇਸ਼ੈਂਟ ਸੀ, ਜਿਸ ਦੀ ਆਪਰੇਸ਼ਨ ਦੌਰਾਨ ਮੌਤ ਹੋ ਗਈ। ਇੰਨਾ ਕੁਛ ਕਰਨ ਬਾਅਦ ਵੀ ਰਿਵਾਈਵ ਹੀ ਨਹੀਂ ਕੀਤਾ ਜਾ ਸਕਿਆ। ਸੋ ਜੇ ਕਿਸੇ ਦਾ ਕੋਈ ਸ਼ੱਕਰ ਰੋਗੀ ਹੈ ਤੇ ਆਪਰੇਸ਼ਨ ਹੋਣਾ ਤਾਂ 2 ਹਫ਼ਤੇ ਪਹਿਲਾਂ ਗਿਲੋ ਨੂੰ ਹੱਥ ਵੀ ਨਹੀਂ ਲਾਣਾ ਹੁੰਦਾ, ਇਸ ਵਾਰਨਿੰਗ ਦਿੱਤੀ ਗਈ ਹੈ। ਯਾਨੀ ਇਹ ਜਿਹੜੀ ਹੁਣ ਦੇਖੋ ਐਵੋਕੈਡੋ ਫਲ, ਪਹਿਲੀ ਚੀਜ਼ ਤਾਂ ਉਹ ਸਾਡੇ ਮੁਲਕ ਦਾ ਫਲ ਹੀ ਨਹੀਂ ਹੈ, ਬਿਲਕੁਲ ਇੱਥੇ ਬਹੁਤ ਵੇਖੀ ਜਾਂਦਾ ਜੀ ਪੂਰਾ। ਜਿਸ ਹਿਸਾਬ ਨਾਲ ਸਾਡੇ ਅਸਲ ਚ ਵੱਡਿਆਂ ਨੇ ਤਾਂ ਵਰਤਣਾ ਹੀ ਵਰਤਣਾ ਭਾਜੀ, ਚੰਟਾ ਹੀ ਪੈ ਜਾਂਦਾ, ਲੋਕ ਸਭ ਤੋਂ ਪਹਿਲਾਂ ਅਜਮਾਉਂਦੇ ਨੇ ਬੱਚੇ ਦੇ। ਬੀਂਗ ਚਾਈਲਡ ਸਪੈਸ਼ਲਿਸਟ ਮੈਂ ਦੱਸ ਰਹੀ ਹਾਂ ਕਿ ਸਾਡੇ ਕੋਲ ਹੋਰ ਕੋਈ ਮਾਵਾਂ ਪਿੰਡ ਤੋਂ ਵੀ ਆ ਕੇ ਆਹ ਜਿਹੜਾ ਆਵਾਕਾਡ ਆ ਜਿਹੜਾ ਆਹ ਤਾਂ ਖਵਾ ਦਈਏ, ਮਤਲਬ ਉਹ ਅਸੀਂ ਨਾ ਵੀ ਨਹੀਂ ਪਤਾ ਕੀ ਲੈਣਾ, ਤੇ ਅਸੀਂ ਕਿਉਂ ਉਹ ਚੀਜ਼ ਨੂੰ ਸੋਚਦੇ ਆ ਕਿ ਜੋ ਬਾਹਰੋਂ ਆਈ ਹੈ ਉਹਦੇ ਵਿੱਚ ਹੀ ਸਾਰਾ ਕੁਛ ਮਿਲ ਜਾਣਾ, ਆਪਣੇ ਬੱਚੇ ਨੂੰ ਇੱਥੇ ਦੀਆਂ ਚੀਜ਼ਾਂ ਖੌਰੇ ਅਸੀਂ ਕਿਉਂ ਦੇਣੀਆਂ ਭੁੱਲ ਗਏ ਆ। ਹੁਣ ਇਹਦੇ ਫਾਇਦੇ ਮੈਂ ਮੰਨਦੀ ਹਾਂ ਬਿਆਨ ਚ ਨੇ, ਬਹੁਤ ਜ਼ਿਆਦਾ ਨੇ, ਪਰ ਲੋੜੋਂ ਵੱਧ ਖਾਣ ਨਾਲ ਜਰਾ ਤੁਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ ਕੀ ਇਹ ਕਰਦਾ, ਕਹਿਰ ਟਾਉਂਦਾ ਕਿ ਗਰਭਵਤੀ ਔਰਤਾਂ ਤੇ ਦੁੱਧ ਪਿਆਉਂਦੀਆਂ ਔਰਤਾਂ ਲਈ ਇੰਨਾ ਹਾਨੀਕਾਰਕ ਹੋ ਸਕਦਾ ਕਿ ਉਹਦਾ ਦੁੱਧ ਹੀ ਬੰਦ ਕਰ ਦਿੰਦਾ, ਯਾਨੀ ਘਟਾ ਦੇਗਾ ਰਿਸ਼ਤੇ। ਜੇ ਉਹੀ ਜਿਹਾ ਦੁੱਧ ਚੁੰਘ ਲਵੇ ਦੁੱਧ ਪੀਂਦਾ ਬੱਚਾ, ਉਹਦੇ ਢਿੱਡ ਚ ਬਹੁਤ ਜ਼ਿਆਦਾ ਗੈਸ ਹੋਣ ਲੱਗ ਜੇਗੀ, ਢਿੱਡ ਨੂੰ ਅਫਾਰਾ ਆ ਜਾਏਗਾ, ਚਮੜੀ ਤੇ ਦਾਣੇ ਨਿਕਲ ਸਕਦੇ ਨੇ,
ਇਸ ਤੋਂ ਈਵਨ ਮਾਂ ਨੂੰ, ਜੱਚਾ ਨੂੰ ਜਾਂ ਕਿਸੇ ਨੂੰ ਵੀ ਜੇ ਇਹ ਰੋਜ਼ ਖਾਣਾ ਸ਼ੁਰੂ ਕਰ ਦਿੱਤਾ ਜਾਵੇ, ਤਗੜੀ ਐਲਰਜੀ ਹੋ ਸਕਦੀ ਹੈ, ਜਿਗਰ ਦਾ ਨੁਕਸਾਨ ਹੋ ਸਕਦਾ। ਦਵਾਈਆਂ ਦਾ ਅਸਰ ਇਹ ਸਗੋਂ ਘਟਾ ਦਿੰਦਾ, ਯਾਨੀ ਇੰਨਾ ਕੇ ਤੇਜ਼ ਹੈ ਕਿ ਅਸਰ ਰੋਕ ਦਿੰਦਾ ਜਿਹੜੀ ਬਿਮਾਰੀ ਲਈ ਕੋਈ ਲੈ ਰਹੇ ਹੋ। ਫਿਰ ਇਹ ਇੱਕੋ ਜਿਹੜੀ ਤਿੱਖੀ ਸਿਰ ਪੀੜ ਜਾਂ ਮਿਗਰੇਨ ਕਰ ਦਿੰਦਾ, ਯਾਨੀ ਕੌਂਟਰਾ ਇੰਡੀਕੇਟਡ ਹੈ, ਮਿਗਰੇਨ ਚ ਲੈਣਾ ਹੀ ਨਹੀਂ ਹੁੰਦਾ। ਦਮੇ ਦਾ ਅਕਿਊਟ ਅਟੈਕ ਕਰ ਸਕਦਾ, ਓਹਦੇ ਚ ਵੀ ਨਹੀਂ ਲੈਣਾ। ਫਿਰ ਉਲਟੀਆਂ ਤਗੜੀਆਂ ਲਾ ਸਕਦਾ। ਐਂਡ ਇੱਕੋ ਇੱਕ ਫਲ ਹੈ ਇੰਨਾ ਤਗੜਾ ਕਿ ਇਹ ਫਲੂ ਵਰਗੇ ਲੱਛਣ ਸਗੋਂ ਪੈਦਾ ਕਰ ਦਿੰਦਾ, ਯਾਨੀ ਸਰੀਰ ਇਹਨੂੰ ਰਿਐਕਟ ਜਦੋਂ ਇਹ ਕਰ ਜਾਵੇ ਰਿਐਕਸ਼ਨ, ਤਾਂ ਜੋ ਤੁਸੀਂ ਕਰੋਨਾ ਚ ਹੋਣਾ ਉਹੀ ਜੇ ਲੱਛਣ ਸਗੋਂ ਇਹਦੇ ਸਦਕਾ ਹੋ ਸਕਦੇ ਨੇ। ਮੂੰਹ ਤੇ ਜੀਭ ਉਫਨ ਸਕਦੀ ਹੈ, ਸਾੜ ਪੈ ਸਕਦਾ, ਮੂੰਹ ਅੰਦਰ ਦਾਣੇ ਨਿਕਲ ਸਕਦੇ ਨੇ, ਲਗਾਤਾਰ ਮੂੰਹ ਅੰਦਰ ਜਲਨ ਹੋ ਸਕਦੀ ਹੈ। ਸੋ ਇਹ ਚੀਜ਼ਾਂ ਲੋੜੋਂ ਵੱਧ ਬਿਲਕੁਲ ਨਹੀਂ ਖਾਣੀਆਂ ਚਾਹੀਦੀਆਂ। ਫਿਰ ਇੱਕ ਜੁਲਾਬ ਲਾਉਣ ਵਾਸਤੇ ਕੁਦਰਤੀ ਐਂਥਰੋਨਾਈਡ ਨੇ ਬਹੁਤ ਜ਼ਿਆਦਾ ਵਰਤੇ ਜਾਂਦੇ ਨੇ, ਸੈਨਾ, ਰਬਾਰਬ, ਇਸਬਗੋਲ, ਸਭ ਬਥੇਰਾ ਕੁਛ। ਹੁਣ ਦੇਖੋ ਇਹਦੇ ਵਿੱਚ ਕੀ ਜੇ, ਅਰਬ ਹਮਲਾਵਰਾਂ ਸਮੇਂ ਤੋਂ ਇਹ ਜੜੀਆਂ ਬੂਟੀਆਂ ਕਬਜ਼ ਲਈ ਵਰਤੀਆਂ ਜਾਂਦੀਆਂ ਰਹੀਆਂ ਨੇ, ਬਿਲਕੁਲ ਨੁਕਸਾਨ ਨਹੀਂ ਕਰਦੀਆਂ, ਸੱਚ ਜਾਣਿਓ। ਪਰ ਜਿਸ ਹਿਸਾਬ ਨਾਲ ਹੁਣ ਇਹ ਯਾਨੀ ਕੁਦਰਤੀ ਕਹਿ ਕੇ ਜਿਵੇਂ ਉਹਨੂੰ ਡਬਲ ਡੋਜ਼ ਹੈ ਜੀ, ਇਹ ਟ੍ਰਿਪਲ ਡੋਜ਼ ਹੈ ਜੀ, ਹਰ ਇੱਕ ਜਿਨਾ ਇਹ ਤਾਂ ਕੋਈ ਟੈਸਟ ਵੀ ਕਰਾਉਣ ਦੀ ਲੋੜ ਨਹੀਂ, ਦੱਬੀ ਚੱਲੋ ਖਾਈ ਜਾਓ। ਜਿਹੜਾ ਬਜ਼ੁਰਗ ਹੋ ਗਿਆ ਉਹਨੂੰ ਤਾਂ ਜੀ ਐਲੋਪੈਥਿਕ ਦਵਾਈ ਦੀ ਐਲਰਜੀ ਕਰੂ, ਆਹ ਜੜੀਆਂ ਬੂਟੀਆਂ ਲਾਓ ਦੀ ਨਾਲ ਭਾਜੀ ਬਜ਼ੁਰਗਾਂ ਵਿੱਚ ਅੰਤੜੀਆਂ ਦੇ ਕੈਂਸਰ ਤੱਕ ਇਸ ਸਦਕਾ ਹੋਣ ਲੱਗ ਗਏ ਨੇ। ਇਹ ਲੋੜੋਂ ਵੱਧ ਵਰਤੋਂ ਹਰ ਚੀਜ਼, ਭਾਵੇਂ ਉਹ ਪਿਆਰ ਏ ਭਾਵੇਂ ਗੁੱਸਾ ਏ, ਹਰ ਚੀਜ਼ ਦਾ ਨੁਕਸਾਨ ਹੀ ਹੁੰਦਾ ਏ। ਉਸੇ ਤਰ੍ਹਾਂ ਇਹ ਨਾਰਮਲ ਚੀਜ਼ਾਂ ਜਿਨ੍ਹਾਂ ਚ ਹੁਣ ਮੇਥੀ ਦੀ ਗੱਲ ਆਪਾਂ ਕੀਤੀ ਸੀ, ਦੇਖੋ 6 ਮਹੀਨੇ ਤੱਕ ਤੁਸੀਂ ਤਿੰਨੋ ਵੇਲੇ ਚਾਰੋ ਵੇਲੇ ਭਾਵੇਂ ਲਗਾਤਾਰ ਮੇਥੀ ਦਾ ਜੂਸ ਕਦੇ ਕੁਛ ਸਭ ਖਾਈ ਜਾਓ, ਸਰੀਰ ਜਰ ਜਾਂਦਾ ਜੀ। ਪਰ ਹੁਣ 6 ਮਹੀਨੇ ਚ ਲੋੜੋਂ ਵੱਧ, ਦੇਖੋ ਇੱਕ ਪਰੌਂਠੀ ਦੇ ਵਿੱਚ ਰੋਜ਼ ਖਾ ਲਿਆ ਜਾਣਾ ਕੋਈ ਅਸਰ ਕੋਈ ਮਾੜਾ ਨਹੀਂ ਕਰਦਾ, ਅੱਧਾ ਚਮਚ ਮੇਥਰੇ ਤੁਸੀਂ ਲੈ ਲਏ ਕੋਈ ਮਾੜਾ ਨਹੀਂ ਕਰਦਾ। ਪਰ ਜਦੋਂ ਹੁਣ ਮੇਥਰਾ ਸਵੇਰੇ ਜਾਣੇ ਆ ਤੁਸੀਂ, ਇਹਦੇ ਨਾਲ ਤਿੱਖੀ ਢਿੱਡ ਪੀੜ ਹੋ ਸਕਦੀ ਹੈ 6 ਮਹੀਨੇ ਤੱਕ, ਫਿਰ ਵੀ ਸਰੀਰ ਜਰਦਾ ਜੇ ਕਿਉਂਕਿ ਇਹ ਇੰਨੀ ਕੁ ਵਧੀਆ ਹੈਗੀ ਚੀਜ਼। ਪਰ ਉਸ ਤੋਂ ਬਾਅਦ ਇਹਦੇ ਚੰਗੇ ਅਸਰ ਖਤਮ ਹੋ ਜਾਂਦੇ ਨੇ, ਢਿੱਡ ਪੀੜ, ਟੱਟੀਆਂ ਲੱਗਣੀਆਂ, ਪੇਟ ਗੈਸ ਵਧਣ ਲੱਗ ਜਾਣੀ, ਚੱਕਰ ਆਉਣੇ ਸ਼ੁਰੂ ਹੋ ਜਾਣੇ, ਸਿਰ ਪੀੜ। ਹੁਣ ਦੇਖੋ ਜੇ ਰੋਜ਼ਾਨਾ ਤੁਸੀਂ 6 ਮਹੀਨੇ ਤੋਂ ਵੱਧ 6 ਗ੍ਰਾਮ ਰੋਜ਼ ਮੇਥਰੇ ਜੇ ਲਗਾਤਾਰ 3 ਵਾਰ ਖਾਈ ਜਾਓ ਤਾਂ ਦਮਾ ਅਕਿਊਟ ਅਟੈਕ ਹੋ ਸਕਦਾ। ਇਹ ਵੀ ਸਰੀਰ ਅੰਦਰ ਸ਼ੱਕਰ ਦੀ ਮਾਤਰਾ ਬਹੁਤ ਜ਼ਿਆਦਾ ਘਟਾ ਕੇ ਤੁਹਾਨੂੰ ਚੱਕਰ ਆ ਕੇ ਡਿੱਗ ਸਕਦੇ ਹੋ, ਸਿਰ ਅੰਦਰ ਲਹੂ ਚੱਲ ਸਕਦਾ, ਐਲਰਜੀ ਹੋ ਸਕਦੀ ਹੈ। ਬੇਹੋਸ਼ੀ ਤੱਕ ਬੱਚਿਆਂ ਵਿੱਚ ਵੀ ਦੇਖੀ ਗਈ ਹੈ, ਉਹਨਾਂ ਦੇ ਈਵਨ ਸਰੀਰ ਵਿੱਚੋਂ ਤੁਹਾਨੂੰ ਬਦਬੂ ਉਹਦੇ ਪਸੀਨੇ ਚੋਂ ਆਉਣੀ ਸ਼ੁਰੂ ਹੋ ਜਾਂਦੀ ਹੈ ਜੇ ਲੋੜੋਂ ਵੱਧ ਖਾਧੀ ਜਾਏ। ਤੇ ਗਰਭਵਤੀ ਔਰਤਾਂ ਵਿੱਚ ਜੇ ਤੁਸੀਂ ਇਸੇ ਤਰ੍ਹਾਂ 3 ਵੇਲੇ ਮੇਥੀ ਸ਼ੁਰੂ ਕਰ ਦਿੱਤੀ, ਬੱਚਾ ਢਿੱਡ ਵਿੱਚ ਮਰ ਵੀ ਸਕਦਾ, 7 ਮਾਹ ਤੱਕ ਜੰਮ ਸਕਦਾ। ਸੋ ਹਿਸਾਬ ਨਾਲ ਚੀਜ਼ ਖਾਈਏ ਜਿਸ ਚੋਂ ਅਸੀਂ ਅਸਰ ਵਧੀਆ ਲੈ ਸਕੀਏ। ਹੁਣ ਅਦਰਕ ਵੇਖੋ ਜੀ, ਕਮਾਲ ਜੇ ਅਦਰਕ ਦੀ ਬਣੀ ਹੋਈ ਚੀਜ਼ ਸਿਰਫ ਇਸ ਕਰਕੇ ਹੁੰਦੀ ਸੀ ਕਿ ਤੁਸੀਂ ਅਚਾਰ ਵਜੋਂ ਥੋੜਾ ਜਿਹਾ ਪੀਸ ਇੱਕ ਨਾਲ ਖਾ ਲਿਆ, ਜਾਂ ਪਿੱਤਾ ਥੋੜਾ ਜਿਹਾ ਟੁਕੜਾ ਲੈ ਲਿਆ, ਜਾਂ ਸਬਜ਼ੀ ਵਿੱਚ ਜਿੰਨਾ ਕੁ ਪੈਂਦਾ ਜੇ ਉਹ ਬਹੁਤ ਵਧੀਆ ਜੇ, ਤੁਹਾਨੂੰ ਬਹੁਤ ਅੱਛੇ ਅਸਰ ਦਿਖਾਏਗਾ।
ਜੇ ਹੁਣ ਤੁਸੀਂ ਤਿੰਨੋ ਵੇਲੇ ਅਦਰਕ ਦਾ ਯਾ ਤਾਂ ਅੱਜ ਕੱਲ ਉਹ ਅਰਕ ਕੱਢ ਕੇ ਉਹ ਵੀ ਮਿਲੇ ਤਾਂ ਆਪ ਨੀ ਪਤਾ ਕਿਉਂ ਲੋਕ ਇੰਨਾ ਅਗਰੈਸਿਵ ਹੋ ਜਾਂਦੇ ਨੇ ਵੀ ਚੀਜ਼ ਦਾ ਫਾਇਦਾ ਪਤਾ ਲੱਗਿਆ ਤੇ ਪਤਾ ਨੀ ਅੱਜ ਹੀ ਗਲਾਸ ਪੀ ਲੈਣਾ ਤੇ ਸਵੇਰੇ ਹੀ ਅਸਰ ਦੇ ਦੇਣਾ, ਏਦਾਂ ਨਹੀਂ ਹੁੰਦਾ। ਅਦਰਕ ਤੇ ਇੰਨਾ ਕ ਯਾਨੀ ਗਰਮ ਗਿਣਿਆ ਗਿਆ ਕਿ ਜੇ ਹਫਤਾ ਵੀ ਲੋੜੋਂ ਵੱਧ ਖਾਧਾ ਜਾਵੇ ਤਾਂ ਲਹੂ ਵਗਣ ਲੱਗ ਜਾਂਦਾ ਜੇ ਨੱਕ ਚੋਂ ਟੱਟੀ ਰਾਹੀਂ ਪਿਸ਼ਾਬ ਰਾਹੀਂ, ਦਿਲ ਦੀ ਧੜਕਣ ਦੀ ਤਗੜੀ ਗੜਬੜੀ ਕਰ ਸਕਦਾ, ਨੀਂਦ ਬੇਹੋਸ਼ੀ ਹੋ ਸਕਦੀ ਹੈ, ਢਿੱਡ ਚ ਰੋਕਾ ਪੈ ਸਕਦਾ, ਫਾਰਾ ਹੋ ਜਾਏਗਾ, ਟੱਟੀਆਂ ਨਿਕਲ ਜਾਣਗੀਆਂ, ਮੂੰਹ ਅੰਦਰ ਛਾਲੇ ਆ ਜਾਣਗੇ, ਯਾਨੀ ਬੇਹੋਸ਼ੀ ਹੋ ਸਕਦੀ ਹੈ। ਮਾਹਵਾਰੀ ਦੌਰਾਨ ਲਹੂ ਦਾ ਬਹੁਤ ਜ਼ਿਆਦਾ ਵਧਣਾ ਹੋ ਸਕਦਾ, ਤਿੱਖੀ ਢਿੱਡ ਪੀੜ ਹੋ ਜਾਂਦੀ ਹੈ, ਬਹੁਤ ਜ਼ਿਆਦਾ ਤਗੜੀਆਂ ਉਲਟੀਆਂ ਲੱਗ ਸਕਦੀਆਂ ਨੇ। ਸੋ ਕਿਸੇ ਵੀ ਹਾਲ ਵਿਚ ਲੋੜੋਂ ਵੱਧ ਨਾ ਵਰਤਿਆ ਜਾਏ। ਜਿੰਨੀ ਸਬਜ਼ੀ ਵਿੱਚ ਤੁਸੀਂ ਲੈ ਰਹੇ ਹੋ ਬਹੁਤ ਜ਼ਿਆਦਾ ਵਧੀਆ ਕਰ ਰਹੇ ਹੋ, ਉਨਾ ਤੁਹਾਨੂੰ ਠੀਕ ਹੈ। ਵੱਧੋ ਵੱਧ ਇੱਕ ਤੁਰੀ ਜਿਹੜੀ ਕੱਟ ਕੇ ਤੁਸੀਂ ਕੱਚਾ ਜਾਂ ਅਚਾਰ ਵਿੱਚ ਵੀ ਪਾ ਕੇ, ਜਿਵੇਂ ਨਿੰਬੂ ਦਾ ਵਿੱਚ ਪਾ ਕੇ ਲੈਣਾ ਜਾਂ ਮਿਰਚ ਦਾ ਪਾ ਕੇ, ਉਹ ਤੁਰੀ ਵੀ ਖਾ ਸਕਦੇ ਹੋ। ਪਰ ਇਹ ਜਿਹੜਾ ਕੱਢ ਕੱਢ ਕੇ ਅਰਕ ਪੀਣਾ ਉਹਦਾ, ਜਾਂ ਤੁਸੀਂ ਤਿੰਨੋ ਵੇਲੇ ਅੱਧੀ ਗੰਢੀ ਖਰਚੀ ਖਾਈ ਜਾਣੀ, ਇਹ ਠੀਕ ਨਹੀਂ ਹੈ। ਦੇਖੋ ਹੁਣ ਜਿਹੜਾ ਥੋਮ ਏ, ਤੁਸੀਂ ਉਹਦੇ ਤੇ ਵੀ ਹੈਰਾਨ ਹੋਵੋਗੇ ਕਿ ਇਹ ਤੁਰੀਆਂ ਬਣੀਆਂ ਹੀ ਇਸ ਕਰਕੇ ਸੀ ਕਿ ਤੁਸੀਂ ਥੋੜੀ ਮਾਤਰਾ ਵਿੱਚ ਉਹਦਾ ਲਓ। ਬਹੁਤ ਸਾਰੇ ਲੋਕ ਕੱਚੀਆਂ ਤੁਰੀਆਂ ਵੀ ਖਾ ਲੈਂਦੇ ਨੇ ਜੀ। ਦੇਖੋ ਉਹਦੇ ਵਿੱਚ ਲੋੜੋਂ ਵੱਧ, ਯਾਨੀ ਤੁਸੀਂ ਇੱਕ ਖਾ ਰਹੇ ਹੋ, ਦੋ ਤੁਰੀਆਂ ਖਾ ਲਈਆਂ, ਬਹੁਤ ਅੱਛੀ ਗੱਲ ਹੈ, ਉਹਦਾ ਅਸਰ ਵੀ ਚੰਗਾ ਦਿਸੇਗਾ। ਉਸ ਤੋਂ ਵੱਧ ਦਾ ਅਸਰ ਤੁਹਾਡਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਘੱਟ ਸਕਦਾ। ਕਈ ਵਾਰ ਅਸੀਂ ਕੇਸ ਦੇਖੇ ਨੇ ਕਿ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਜਿਹੜੀਆਂ ਉਹ ਇੱਕ ਗੋਲੀ ਖਾਈ ਤੇ ਬੰਦਾ ਆ ਜਾਂਦਾ ਜੀ, ਖੋਰੇ ਕੀ ਗੰਦ ਸਾਨੂੰ ਖਵਾਤਾ, ਡਾਕਟਰ ਨੇ ਐਡੀ ਤੇਜ਼ ਦਵਾਈ ਦੇ ਦਿੱਤੀ। ਇਹ ਨੀ ਆਉਂਦੀ ਉਹਨਾਂ ਨੂੰ ਕਿ ਅਸੀਂ ਰੋਜ਼ ਜੀ ਸਵੇਰੇ ਦੋ ਸ਼ਾਮ ਦੋ ਦੁਪਹਿਰੇ ਥੋਮ ਦੀਆਂ ਤੁਰੀਆਂ ਦਬਾ ਦਬ ਲਈ ਜਾ ਰਹੇ ਸਾਂ। ਇਹ ਉਸ ਦਵਾਈ ਦਾ ਅਸਰ ਤਾਂ ਹੋ ਕੀ ਵਧਣਾ, ਉਹਨੇ ਆਪ ਕੱਲੇ ਨੇ ਹੀ ਬਲੱਡ ਪ੍ਰੈਸ਼ਰ ਇੰਨਾ ਘਟਾ ਦੇਣਾ ਕਿ ਤੁਹਾਨੂੰ ਚੱਕਰ ਤੇ ਘੁਮੇਰ ਤੇ ਉਲਟੀਆਂ ਇਹ ਚੀਜ਼ਾਂ ਤਾਂ ਤੁਹਾਨੂੰ ਕਰ ਹੀ ਦੇਣੀਆਂ। ਪਰ ਮੈਂ ਬਹੁਤ ਇੱਕ ਸੀਰੀਅਸ ਸਾਈਡ ਇਫੈਕਟ ਦੱਸਣਾ ਚਾਹੁੰਦੀ ਹਾਂ ਜੋ 400 ਚੂਹਿਆਂ ਉੱਤੇ ਖੋਜ ਕੀਤੀ ਗਈ ਜੀ। ਉਹਨਾਂ ਨੂੰ ਤਿੰਨ ਵੇਲੇ ਸਿਰਫ ਥੋਮ ਦੀ ਇੱਕ ਇੱਕ ਤੁਰੀ, ਤੁਸੀਂ ਚੂਹੇ ਦਾ ਸਾਈਜ਼ ਦੇਖ ਲੋ, ਉਹਨਾਂ ਲਈ ਤਾਂ ਇੱਕ ਇੱਕ ਥੋਮ ਦੀ ਤੁਰੀ ਬਹੁਤ ਸੀ, ਤਿੰਨ ਵੇਲੇ ਖਵਾਈ ਗਈ। ਭਾਜੀ ਬਾ ਕਮਾਲ ਸੀ ਉਹਦਾ ਅਸਰ ਕਿ ਸ਼ਕਰਾਣੂ ਸਾਰੇ 400 ਦੇ 400 ਚੂਹਿਆਂ ਵਿੱਚ ਨਾ ਬਰਾਬਰ ਰਹਿ ਗਏ। ਯਾਨੀ ਜੇ ਕੋਈ ਮਰਦਾਨਾ ਕਮਜ਼ੋਰੀ ਜੇ ਤੁਸੀਂ ਸਮਝਣਾ ਚਾਹ ਰਹੇ ਹੋ ਕਿ ਤੁਸੀਂ ਬਲੱਡ ਪ੍ਰੈਸ਼ਰ ਘਟਾਉਣ ਲਈ ਥੋਮ ਦਬਾ ਦਬ ਖਾ ਰਹੇ ਹੋ, ਖਿਆਲ ਕਰਿਓ ਪਿਤਾ ਬਣਨ ਜੋਗੇ ਨਹੀਂ ਜੇ ਰਹੋਗੇ, ਸ਼ਕਰ ਬਹੁਤ ਘੱਟ ਜਾਂਦੇ, ਜੋ ਤਿੱਖੀ ਦਰਦ ਹੋ ਸਕਦੀ ਹੈ, ਲਗਾਤਾਰ ਥਕਾਵਟ ਰਹਿ ਸਕਦੀ ਹੈ, ਸਿਰ ਪੀੜ ਲਗਾਤਾਰ ਹੋ ਸਕਦੀ ਹੈ। ਸੋ ਕੋਸ਼ਿਸ਼ ਕਰੋ ਕਿ ਥੋਮ ਸੀਮਿਤ ਮਾਤਰਾ ਵਿੱਚ ਲਓ, ਉਸ ਤੋਂ ਵੱਧ ਲੈਣੀ ਠੀਕ ਨਹੀਂ ਹੈ। ਇਸੇ ਤਰ੍ਹਾਂ ਹੁਣ ਵਿਟਾਮਿਨ ਸੀ ਦੇ ਅਸੀਂ ਪੱਕੇ ਮਾਰ ਕੇ ਖਾਣੇ ਸ਼ੁਰੂ ਕੀਤੇ ਹੋਏ ਨੇ। ਪਹਿਲੀ ਚੀਜ਼ ਤਾਂ ਸਾਡਾ ਸਰੀਰ ਵਾਧੂ ਵਿਟਾਮਿਨ ਸੀ ਬਾਹਰ ਹੀ ਕੱਢ ਦਿੰਦਾ, ਰੱਖਦਾ ਹੀ ਨਹੀਂ, ਭਰਜਾ ਬਸ ਕਰੋ ਨਾ ਵਾਧੂ ਲਓ। ਪਰ ਜੇ ਨਹੀਂ ਅਸੀਂ ਮੰਨਦੇ, ਮਹੀਨਿਆਂ ਬੱਧੀ ਖਾਈ ਤੁਰੀ ਜਾਂਦੇ ਹਾਂ, ਤਾਂ ਇਹ ਵੀ ਤੇਜ਼ਾਬ ਵਧਾ ਦਿੰਦਾ, ਜੇ ਟੱਟੀਆਂ ਉਲਟੀਆਂ ਲਾ ਦੇਗਾ, ਢਿੱਡ ਪੀੜ, ਇੱਥੋਂ ਤੱਕ ਕਿ ਨੀਂਦਰ ਉਡਾ ਸਕਦਾ, ਇਨਸੌਮਨੀਆ ਦਾ ਕਾਰਨ ਲੱਭਿਆ ਗਿਆ, ਸਿਰ ਪੀੜ ਵੀ ਤੇ ਨੀਂਦਰ ਨਾ ਆਉਣੀ, ਇਹਦੇ ਨਾਲ ਇੱਕ ਖਾਸ ਤੌਰ ਤੇ ਇਹਦੇ ਨਾਲ ਜੁੜੀ ਗੱਲ ਹੈ ਤੇ ਇਹ ਗੁਰਦੇ ਵਿੱਚ ਪੱਥਰੀ ਤੱਕ ਬਣਾ ਦਿੰਦਾ। ਸੋ ਇਹਦੀ ਜੇ ਪੂਰੀ ਕਰਨੀ ਜੇ ਵਿਟਾਮਿਨ ਸੀ, ਗੋਲੀਆਂ ਨੂੰ ਰੱਬ ਦਾ ਵਾਸਤਾ ਤਿਆਗ ਦਿਓ, ਇੱਕ ਸੰਤਰਾ ਖਾ ਲਿਆ ਕਰੋ, ਇੱਕ ਛੋਟੀ ਕੌਲੀ ਅੱਧੀ
ਸਟ੍ਰਾਬੇਰੀ ਖਾ ਲੋ, ਉਹ ਇਸ ਬਰੋਕਲੀ ਦਾ ਇੱਕ ਟੋਟਾ ਛੋਟਾ ਜਿਹਾ ਖਾ ਲੋ, ਤੁਹਾਡੀ ਸਾਰੇ ਦਿਨ ਦੀ ਵਿਟਾਮਿਨ ਸੀ ਪੂਰੀ ਹੋ ਗਈ। ਇਸ ਤੋਂ ਵੱਧ ਨਾ ਤੁਸੀਂ ਗੋਲੀਆਂ ਖਾਓ, ਇਹ ਠੀਕ ਨਹੀਂ ਹਨ। ਜੀ ਜੀ, ਦੇਖੋ ਹਰਬਲ ਦਵਾਈਆਂ ਉਹ ਵੀ ਬਹੁਤ ਜ਼ਿਆਦਾ ਵਰਤੋਂ ਚ ਨੇ ਜੀ। ਮੈਂ ਨਾ ਨਹੀਂ ਕਰ ਰਹੀ ਕਿਸੇ ਚੀਜ਼ ਨੂੰ, ਨਾ ਕਿਸੇ ਪੈਥੀ ਦੇ ਖਿਲਾਫ ਜਾਂ ਕਿਤੇ ਉਹਦੇ ਕੁਛ ਵੀ ਗੱਲ ਕਰ ਰਹੀ ਹਾਂ, ਪਰ ਮੈਂ ਗੱਲ ਕਰ ਰਹੀ ਹਾਂ ਲੋੜੋਂ ਵੱਧ ਖਾਣੀਆਂ ਜੀ। ਯਾਨੀ ਇਹਦੇ ਮਾੜੇ ਅਸਰ ਜੋ ਦਿਖਣ ਵਿੱਚ ਆ ਰਹੇ ਨੇ, ਜਿਨ੍ਹਾਂ ਵਿੱਚ ਕੁਝ ਚੀਜ਼ਾਂ ਚ ਆਰਸੈਨਿਕ ਹੈ, ਕੁਝ ਚੀਜ਼ਾਂ ਚ ਯਾਨੀ ਇਹ ਜਿਹੜੇ ਤੱਤ ਮਿਨਰਲ ਤੱਤ ਉਹਦੇ ਵਿੱਚ ਕੁਝ ਨੇ, ਲੋੜੋਂ ਵੱਧ ਖਾਣ ਨਾਲ ਗੁਰਦੇ ਹੋਣੇ ਦੇਖੇ ਜਾ ਚੁੱਕੇ ਨੇ। ਸਾਡੇ ਕੋਲ ਡਾਇਲਿਸਿਸ ਦੇ ਪੇਸ਼ੈਂਟ ਆ ਰਹੇ ਨੇ ਜਿਨ੍ਹਾਂ ਕੋਲ ਉਹ ਥੈਲੇ ਭਰੇ ਪਏ ਨੇ ਹਰਬਲ ਦਵਾਈਆਂ ਖਾ ਖਾ ਕੇ, ਜਿਗਰ ਵਿੱਚ ਸਰੀਰੀ ਨੁਕਸ ਪੈ ਸਕਦੇ ਨੇ, ਗਰਭ ਡਿੱਗ ਸਕਦਾ। ਟੈਕਸਸ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਵਿੱਚ ਇਹ ਸਾਰੀਆਂ ਹਰਬਲ ਦਵਾਈਆਂ ਤੇ ਰਿਸਰਚ ਹੋਈ ਸੀ। ਉਹਨਾਂ ਨੇ ਕਿਹਾ ਕਿ ਵਾਕਈ ਅਸਰਦਾਰ ਨੇ, ਪਰ ਰੱਬ ਦਾ ਵਾਸਤਾ ਮਾਤਰਾ ਬਹੁਤ ਥੋੜੀ ਜੇ, ਕੋਈ ਅੱਧੇ ਚਮਚੇ ਤੋਂ ਵੀ ਘੱਟ, ਕੋਈ ਚੂੰਡੀ। ਪਰ ਜਦੋਂ ਤੁਸੀਂ ਜਮਚਾ ਭਰ ਕੇ ਗੱਫਾ ਖਾਂਦੇ ਹੋ ਤੇ ਸਾਹ ਦੀ ਤਕਲੀਫ ਤੋਂ ਲੈ ਕੇ ਇਹ ਦਵਾਈਆਂ ਦਾ ਅਸਰ ਤਾਂ ਵਧਾਉਂਦੀ ਘਟਾਉਂਦੀ ਹੈ, ਪਰ ਲਹੂ ਜੰਮਣ ਤੋਂ ਰੋਕ ਦਿੰਦੀਆਂ ਨੇ, ਲਹੂ ਵਗ ਵਗ ਕੇ ਮੌਤ ਹੋ ਸਕਦੀ ਜੇ। ਰੱਬ ਦਾ ਵਾਸਤਾ ਇਹ ਕੋਈ ਵੀ ਦਵਾਈ ਨੂੰ ਇਹ ਨਾ ਸੋਚਿਆ ਕਰੋ ਕੁਦਰਤੀ ਹੈ ਤਾਂ ਅਸੀਂ ਜਿੰਨੀ ਮਰਜ਼ੀ ਖਾ ਸਕਦੇ ਹਾਂ। ਬਿਲਕੁਲ ਬਿਲਕੁਲ ਜੀ। ਹੁਣ ਦੇਖੋ ਵਿਟਾਮਿਨ ਈ ਦੇ ਕੈਪਸੂਲ, ਕਿਉਂਕਿ ਸਾਡੇ ਮੁਲਕ ਹੀ ਇਹੋ ਜਿਹਾ ਜਿੱਥੇ ਅਸੀਂ ਕੈਮਿਸਟ ਤੋਂ ਦਵਾਈਆਂ ਲੈ ਕੇ ਬਹੁਤ ਖੁਸ਼ ਹੁੰਦੇ ਹਾਂ ਕਿ ਸਾਡੇ ਜੀ, ਮੈਂ ਮੰਨ ਰਹੀ ਹਾਂ ਕਿ ਵਿਟਾਮਿਨ ਈ ਅਸੀਂ ਆਮ ਤੌਰ ਤੇ ਲੱਤਾਂ ਵਿਛੜੇ ਵਿਚਲੇ ਕੜਵੱਲਾਂ ਲਈ ਦਿੰਨੇ ਆ, ਚਮੜੀ ਲਈ ਦਿੰਨੇ ਆ, ਬਹੁਤ ਅਸਰਦਾਰ ਹੈ ਜੀ। ਕਿਸੇ ਨੂੰ ਅਸਰ ਦਿਸਦਾ, ਉਹਨੂੰ ਲੱਗਦਾ ਚਲੋ ਜੀ ਰਾਮ ਬਾਣ ਮਿਲ ਗਿਆ, ਖਾਈ ਚੱਲੋ, ਆਪਾਂ ਨੂੰ ਕੋਈ ਰੋਕ ਟੋਕ ਹੀ ਨਹੀਂ। ਸੋ ਉਹ ਜਿਹੜਾ ਮਹੀਨਿਆਂ ਬੱਧੀ ਸਾਲਾਂ ਬੱਧੀ ਤੁਰੀ ਹੋਈ ਜਾਂਦੀ ਹੈ ਵੀ ਅਸੀਂ ਵਿਟਾਮਿਨ ਹੀ ਖਾ ਰਹੇ ਹਾਂ, ਤਾਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਇਹਦੇ ਨਾਲ ਤੁਹਾਨੂੰ ਕਮਜ਼ੋਰੀ ਤਾਂ ਹੋਣੀ ਸ਼ੁਰੂ ਹੋ ਹੀ ਜਾਣੀ ਹੈ, ਤੁਹਾਡੀ ਨਿਗਾਹ ਧੁੰਦਲੀ ਹੋ ਜਾਣੀ ਹੈ, ਸਿਰ ਅੰਦਰ ਲਹੂ ਚੱਲ ਸਕਦਾ, ਪਾਸਾ ਮਾਰਿਆ ਜਾ ਸਕਦਾ, ਸਵੀਅਰ ਪੇਨ ਅਬਡੋਮਨ ਹੋ ਜਾਂਦੀ ਹੈ, ਚੱਟੀਆਂ ਉਹ ਜਿਹੜੀਆਂ ਲਹੂ ਦੀਆਂ ਚੱਲਣ ਲੱਗ ਜਾਂਦੀਆਂ, ਰੁਕਦੀ ਨਹੀਂ। ਸੋ ਇਹ ਬਹੁਤ ਜ਼ਿਆਦਾ ਤਿੱਖੇ ਤੇ ਸਾਈਡ ਇਫੈਕਟਸ, ਯਾਨੀ ਪਾਸਾ ਮਾਰਿਆ ਜਾਣਾ, ਤੁਹਾਡੀ ਇੱਕ ਵਿਟਾਮਿਨ ਈ ਦੀ ਮਿਹਰਬਾਨੀ ਹੋ ਸਕਦੀ ਹੈ। ਸੋ ਕਿਰਪਾ ਕਰਕੇ ਐਵੇਂ ਬਿਨਾਂ ਸੋਚੇ ਸਮਝੇ ਨਾ ਕਾਈ ਚੱਲੋ, ਜੇ ਘਰੇ ਪਿਆ ਤਾਂ ਸਮਾਨ ਐਵੇਂ ਦੱਬੀ ਚੱਲੋ, ਕੰਮ ਵੀ ਆਹ ਸੁਣ ਲੈ ਤੇ ਡਾਕਟਰ ਸਾਹਿਬ ਡਾਕਟਰ ਸ਼ਿੰਦਰ ਕੌਰ ਭੈਣ ਜੀ ਨੇ ਆਹ ਕਹਿਤਾ ਤੇ ਆਹ ਕੰਮ ਕਰ ਦਿਓ, ਹੈ ਨੀ। ਅਜੇ ਤੁਲਸੀ ਵੇਖੋ, ਇੱਕ ਅੱਧਾ ਪੱਤਾ ਤਾਂ ਚਲੋ ਠੀਕ ਹੈ। ਨਹੀਂ ਤੁਲਸੀ ਦੇਖੋ ਕੀ ਕਰਦੀ ਜੇ, ਕਿ ਤੁਸੀਂ ਸ਼ੱਕਰ ਰੋਗੀਆਂ ਲਈ, ਮੈਂ ਸਪੈਸ਼ਲੀ ਦੱਸਦੇ ਆ ਕਿ ਵਾਧੂ ਤੁਲਸੀ ਰੱਬ ਦਾ ਵਾਸਤਾ, ਜੇ ਨਾ ਤੁਸੀਂ ਇਹ ਤੁਲਸੀ ਦੀ ਚਾਹ ਦੇ ਵਿੱਚ ਪਾਣੀ ਜੇ ਦੋ ਪੱਤੀਆਂ ਪਾ ਲਈਆਂ, ਬਹੁਤ ਖੂਬਸੂਰਤ, ਬਹੁਤ ਵਧੀਆ ਅਸਰ ਵਿਖਾਏਗੀ, ਬਹੁਤ ਵਧੀਆ। ਜੇ ਉਸ ਤੋਂ ਵੱਧ ਨਾ ਲਿਓ। ਗਰਭਵਤੀ ਔਰਤਾਂ ਵਿੱਚ ਮੈਂ ਇਹ ਦੱਸਦੇ ਆ ਕਿ ਗਰਭ ਠਹਿਰਣ ਤੇ ਰੋਕ ਲਾ ਸਕਦੀ ਹੈ, ਉਹਨਾਂ ਦੀ ਬੱਚੇ ਦੀ ਅੰਦਰ ਮੌਤ ਹੋ ਸਕਦੀ ਹੈ, ਅੱਗੇ ਤੋਂ ਗਰਭ ਠਹਿਰਨਾ ਤੱਕ ਰੁਕ ਸਕਦਾ ਜੇ ਤੁਸੀਂ ਭੁੱਖ ਭਰ ਕੇ ਤੁਲਸੀ ਦੇ ਰੋਜ਼ ਖਾਣੇ ਸ਼ੁਰੂ ਕਰ ਦਿਓ। ਮਰਦਾਨਾ ਕਮਜ਼ੋਰੀ ਕਰ ਦਿੰਦੀ ਜੇ, ਦੰਦ ਕਾਲੇ ਸ਼ੁਰੂ ਕਰ ਦਿੰਦੀ, ਇਸੇ ਕਰਕੇ ਇਹਨੂੰ ਤਾਂ ਚੱਬਣ ਵਾਸਤੇ ਕਿਹਾ ਹੀ ਨਹੀਂ, ਜੋ ਅੱਜ ਕੱਲ ਤੁਲਸੀ ਚੱਬ ਕੇ ਖਾਣੀ ਸ਼ੁਰੂ ਹੋ ਗਈ। ਲਹੂ ਪਤਲਾ ਕਰ ਦਿੰਦੀ, ਇਹ ਵੀ ਲਹੂ ਵਗਾ ਸਕਦੀ ਹੈ। ਸੋ ਤੁਸੀਂ ਦੋ ਪੱਤੀਆਂ ਪਾ ਲਈਆਂ, ਬਹੁਤ ਖੂਬਸੂਰਤ, ਉਹਦਾ ਪੂਰਾ ਅਸਰ ਤੁਹਾਨੂੰ ਮਿਲੇਗਾ ਜੀ। ਉਸ ਤੋਂ ਵੱਧ ਜੇ ਤੁਸੀਂ ਜਿਹੜੀ ਮਤਲਬ ਇੰਨੀ ਹਾਨੀਕਾਰਕ ਹੈ ਕਿ ਮਾਂ ਦੇ ਢਿੱਡ ਅੰਦਰਲਾ ਬੱਚਾ ਖਰਾਬ ਕਰ ਦੇਵੇ, ਗਰਭ ਠਹਿਰਨ ਤੋਂ ਹੀ ਰੋਕ ਦੇਵੇ। ਭਾਜੀ ਮੈਂ ਤੁਹਾਨੂੰ ਕਮਾਲ ਦੀ ਚੀਜ਼ ਦੱਸਣਾ ਚਾਹੁੰਦੀ ਹਾਂ ਕਿ ਕੁਝ ਕਬੀਲਿਆਂ ਵਿੱਚ ਅੱਜ ਦੇ ਦਿਨ ਵੀ ਕੰਟਰਸੈਪਟਿਵ ਪਿਲਸ ਦੀ ਥਾਂ ਤੇ
ਇਹ ਜਿਹੜੀ ਤੁਲਸੀ ਦੇ ਹੀ ਬਣੇ ਹੋਏ ਉਹਨਾਂ ਨੇ ਘੋਟ ਕੇ ਪੀਸ ਕੇ ਦਵਾਈਆਂ ਬਣਾਈਆਂ ਹੋਈਆਂ ਕਿ ਕੌਂਟਰਸੈਪਟਿਵ ਪਿਲ ਨਹੀਂ ਲੈਣੀ ਤਾਂ ਉਹ ਬੰਦੇ ਨੂੰ ਵੀ ਤੇ ਔਰਤ ਨੂੰ ਵੀ ਖਵਾ ਦਿੰਦੇ ਨੇ ਤੇ ਉਹ ਬੱਚਾ ਠਹਿਰਦਾ ਹੀ ਨਹੀਂ। ਯਾਨੀ ਇੰਨੀ ਕੁ ਤਗੜੀ ਚੀਜ਼ ਏ ਕਿਉਂਕਿ ਇਹਦੇ ਵਿੱਚ ਈਸਟ੍ਰੋਗੋਨ ਹੁੰਦੇ ਨੇ ਜਿਹੜੇ ਮਾਹਵਾਰੀ ਚ ਵੀ ਬੜੀ ਤਗੜੀ ਗੜਬੜੀ ਕਰ ਦਿੰਦੇ ਨੇ ਤੇ ਇਹਦੇ ਨਾਲ ਸ਼ੱਕਰ ਰੋਗੀਆਂ ਦੀ ਇੰਨੀ ਜ਼ਿਆਦਾ ਇਕਦਮ ਸ਼ੂਗਰ ਕਿਸੇ ਵੇਲੇ ਘਟਾ ਸਕਦੀ ਹੈ ਜੋ ਜਾਨਲੇਵਾ ਹੋ ਸਕਦੀ ਹੈ ਤੇ ਹਾਰਮੋਨਾਂ ਦੀ ਕਮੀ ਬੜੀ ਤਗੜੀ ਕਰ ਦਿੰਦੀ ਹੈ ਜਿਹਦੇ ਨਾਲ ਯਾਨੀ ਇਹ ਤੁਹਾਨੂੰ ਕਾਫੀ ਪ੍ਰੋਬਲਮਸ ਕਰੇਗੀ। ਫਿਰ ਦੇਖੋ ਅਸਰਦਾਰ ਬੁਖਾਰ ਲਈ ਇਹ ਇੰਨੀ ਜ਼ਿਆਦਾ ਕਿ ਇਹਦੇ ਕੱਲੀ ਇਹੀ ਦੋ ਪੱਤੇ ਜਿਵੇਂ ਉਬਾਲ ਕੇ ਛੋਟੇ ਬੱਚੇ ਨੂੰ ਜੇ ਤੁਸੀਂ ਦੇ ਦਿੰਦੇ ਹੋ ਦੋ ਚਮਚੇ ਤਾਂ ਬੁਖਾਰ ਚਾਟ ਲਾ ਦਿੰਦੀ ਹੈ। ਇਸੇ ਲਈ ਜਿਹੜੀ ਪਾਰ ਦੀ ਦਵਾਈ ਤੁਸੀਂ ਨਾਲ ਲੈਂਦੇ ਹੋ ਐਸੀਟਾਮਾਈਨੋਫੈਨ ਉਹ ਪਲੀਜ਼ ਨਾਲ ਉਹਦੇ ਤੁਲਸੀ ਨਾ ਦੇਣਾ, ਉਹ ਓਨਾ ਹੀ ਅਸਰ ਕਰਦੀ ਏ ਤੇ ਇੰਨੀ ਤੇਜ਼ੀ ਨਾਲ ਬੁਖਾਰ ਉਤਰੇਗਾ ਕਿ ਬੱਚੇ ਨੂੰ ਦੌਰਾ ਵੀ ਪੈ ਸਕਦਾ। ਇਹ ਤੁਲਸੀ ਬੁਖਾਰ ਲਾਂਦੀ ਜੇ ਮੈਂ ਮੰਨਦੀ ਹਾਂ, ਪਰ ਤੁਸੀਂ ਇਕੱਠੀਆਂ ਦੋ ਚੀਜ਼ਾਂ ਨਾ ਕਰੋ। ਜਾਂ ਤਾਂ ਬੁਖਾਰ ਦੀ ਇੱਕ ਤੁਸੀਂ ਚਮਚ ਦੇ ਦਿੱਤਾ, ਬਹੁਤ ਵਧੀਆ, ਆਪ ਇੱਕ ਗੋਲੀ ਖਾਧੀ ਏ, ਤੁਸੀਂ ਥੋੜਾ ਜਿਹਾ ਸਬਰ ਕਰੋ ਵੀ ਨਾਲ ਹੀ ਨਾਲ ਇਹ ਤੁਲਸੀ ਵੀ ਕਰਾਂਗੇ ਆ ਵੀ ਕਰਾਂਗੇ, ਇੰਨਾ ਕਰੋ। ਇਹਦੇ ਵਿਚਲੇ ਕਾਫੀ ਖਤਰਨਾਕ ਚੀਜ਼ਾਂ ਸਾਹਮਣੇ ਆ ਚੁੱਕੀਆਂ ਨੇ। ਹੁਣ ਇੱਕ ਹੋਰ ਹਰੀ ਚਾਹ ਦੀ ਗੱਲ ਕਰਨਾ ਚਾਹੁੰਦੀ ਹਾਂ। ਦੇਖੋ ਗ੍ਰੀਨ ਟੀ ਮੇਰਾ ਖਿਆਲ ਹੈ ਵਿਰਲਾ ਹੀ ਕੋਈ ਘਰ ਹੈ ਜਿੱਥੇ ਅੱਜ ਕੱਲ ਇਹ ਸਗੋਂ ਕਹਿ ਲੋ ਅਪਰ ਮਿਡਲ ਕਲਾਸ ਜਾਂ ਤੁਸੀਂ ਹਾਈ ਸੋਸਾਇਟੀ ਸੋ ਕਾਲਡ ਇਹਦੇ ਵਿੱਚ ਸੋਚਦੇ ਨੇ ਅਸੀਂ ਵਾਹ ਕਮਾਲ ਚੀਜ਼ ਕਰ ਰਹੇ ਹਾਂ ਵੀ ਅਸੀਂ ਆਪਣੇ ਆਪ ਨੂੰ ਥੋੜਾ ਉੱਚਾ ਦਿਖਾ ਰਹੇ ਹਾਂ, ਅਸੀਂ ਗ੍ਰੀਨ ਟੀ ਕੋਈ ਖਾਸ ਚੀਜ਼ ਲੈ ਰਹੇ ਹਾਂ। ਹੁਣ ਲੋੜੋ ਵੱਧ ਗ੍ਰੀਨ ਟੀ ਨਾਲ ਹੱਥ ਪੈਰ ਕੰਬਣੇ ਵੇਖੇ ਗਏ ਨੇ, ਘਬਰਾਹਟ, ਚਿੜਚਿੜਾਪਨ, ਲੜਾਈ ਜ਼ਿਆਦਾ ਕਰਨ ਲੱਗ ਜਾਂਦਾ, ਕੰਨਾਂ ਵਿੱਚ ਸੀਟੀਆਂ ਵੱਜਣੀਆਂ ਸ਼ੁਰੂ ਹੋ ਸਕਦੀਆਂ, ਦੌਰੇ ਪੈਂਦੇ ਵੇਖੇ ਜਾ ਸਕੇ ਨੇ ਰੱਖਦੇ ਨੇ, ਜਲਨ ਹੋਣ ਲੱਗ ਜਾਂਦੀ ਹੈ, ਧੜਕਣ ਦੀ ਗੜਬੜੀ ਕਰ ਦਿੰਦੀ ਹੈ ਕਿਉਂਕਿ ਇਹਦੇ ਵਿੱਚ ਜਿੰਨੀ ਕੁ ਤੁਸੀਂ ਕੌਫੀ ਰਾਹੀਂ ਲੈਣਾ ਕੈਫੀਨ ਕੌਫੀ ਨਾਲੋਂ ਚਾਰ ਗੁਣਾ ਵੱਧ ਹੁੰਦੀ ਜੇ। ਯਾਨੀ ਤੁਸੀਂ ਹਿਸਾਬ ਨਾਲ ਚੀਜ਼ ਇੱਕ ਲੈ ਲਿਆ ਕੱਪ ਬਹੁਤ ਵਧੀਆ, ਪਰ ਉਹਨੂੰ ਕੁਝ ਜਿਹਨੇ ਦੇਖਣ ਵਿੱਚ ਆਏ ਨੇ ਕਿ ਵਿੱਚ ਗ੍ਰੀਨ ਟੀ ਦਾ ਪਾ ਲੈਂਦੇ ਨੇ ਉਹ ਜਿਹੜੀਆਂ ਪੱਤੀਆਂ ਤੇ ਫਿਰ ਉਸ ਤੋਂ ਬਾਅਦ ਨਿਚੋੜ ਨਿਚੋੜ ਕੇ ਉਹਨੂੰ ਹੋਰ ਵੀ ਕੱਢੀ ਜਾਣਗੇ, ਉਹਨੂੰ ਬਾਲੀ ਜਾਣਗੇ। ਜੀ ਹਾਂਜੀ ਹਾਂਜੀ ਆਹੀ ਕਰਦੀ ਆ, ਉਹ ਵੱਧ ਅਸਰ ਤੁਹਾਨੂੰ ਕਾਫੀ ਖਰਾਬ ਕਰ ਸਕਦਾ। ਹੁਣ ਇਸੇ ਤਰ੍ਹਾਂ ਇੱਕ ਜ਼ਿੰਕੋ ਬਿਲੋਬਾ ਹੁੰਦਾ ਜੇ, ਜੀ ਜ਼ਿੰਕੋ ਬਿਲੋਬਾ ਦੇ ਅਸੀਂ ਵਰਤੋਂ ਕਰਦੇ ਹਾਂ ਜੀ ਯਾਦਾਸ਼ਤ ਵਧਾਉਣ ਲਈ, ਬਹੁਤ ਖੂਬਸੂਰਤ ਅਸਰ ਏ, ਜਿਨ੍ਹਾਂ ਨੂੰ ਸਤਰਿਆ ਬਤਰਿਆ ਵੀ ਕਹਿ ਦਿੰਦੇ ਹਾਂ, ਅਸੀਂ ਕਹਿੰਦੇ ਹਾਂ ਵੀ ਇਹ ਲੈਣੀ ਚਾਹੀਦੀ ਏ। ਵਾਕਈ ਇਹ ਜੜੀ ਬੂਟੀ ਕੁਦਰਤ ਨੇ ਸਾਨੂੰ ਬੇਸ਼ਕੀਮਤੀ ਦਿੱਤੀ, ਆਪਾਂ ਇੱਕ ਵੱਖ ਪ੍ਰੋਗਰਾਮ ਇਸ ਤੇ ਕਰਾਂਗੇ ਤਾਂ ਕਿ ਸਾਡੇ ਸਾਰੇ ਜਿਹੜੇ ਜਿਹੜੇ ਥੋੜੇ ਜਿਹੜੇ 50 ਤੋਂ ਟੱਪ ਰਹੇ ਨੇ ਸਾਰਿਆਂ ਨੂੰ ਫਾਇਦਾ ਹੋਵੇ। ਪਰ ਮੈਂ ਉਹਦੇ ਪਹਿਲਾਂ ਹੀ ਦੱਸਦਿਆਂ ਕਿ ਭਾਈ ਉਹਦੇ ਵਿੱਚ ਵਾਧੂ ਵਰਤੋਂ ਨਾਲ ਇਹਦਾ ਵੀ ਇਹੋ ਹੈ ਕਿ ਲਹੂ ਵਗਣਾ ਸ਼ੁਰੂ ਹੋ ਸਕਦਾ, ਤੁਹਾਡਾ ਲਹੂ ਘੱਟ ਜਾਂਦਾ, ਪਤਾ ਹੀ ਨਹੀਂ ਲੱਗਦਾ, ਹਲਕੀ ਮਾਤਰਾ ਵਿੱਚ ਰੱਤਾ ਰੱਤਾ ਲਹੂ ਵਗੀ ਜਾਂਦਾ ਟੱਟੀ ਰਾਹੀਂ ਜੋ ਦਿਖਦਾ ਹੀ ਨਹੀਂ ਤੁਹਾਨੂੰ, ਤੇ ਲਹੂ ਦੀ ਕਮੀ ਹੋ ਸਕਦੀ ਹੈ, ਤਿੱਖੀ ਸਿਰ ਪੀੜ ਹੋ ਸਕਦੀ ਹੈ, ਦੌਰੇ ਤੱਕ ਪੈ ਸਕਦੇ ਨੇ, ਦੌਰੇ ਦੇ ਮਰੀਜ਼ਾਂ ਨੂੰ ਇਹ ਬਿਲਕੁਲ ਨਹੀਂ ਲੈਣੀ ਚਾਹੀਦੀ। ਸੋ ਇਹ ਬੜੇ ਧਿਆਨ ਨਾਲ ਇਹ ਚੀਜ਼ਾਂ। ਇਸੇ ਤਰ੍ਹਾਂ ਹੁਣ ਇੱਕ ਜਿਨਸੈਂਗ ਦਵਾਈ ਜੇ ਜੋ ਕਿ ਮਰਦਾਨਾ ਕਮਜ਼ੋਰੀ ਵਿੱਚ ਕਾਫੀ ਲਾਹੇਵੰਦ ਹੈ, ਚੱਕਰ ਰੋਗੀਆਂ ਵਿੱਚ ਵੀ ਇਹ ਕਾਫੀ ਉਹਨਾਂ ਨੂੰ ਸਰੀਰਕ ਤਾਕਤ ਵਧਾ ਦਿੰਦੀ ਹੈ, ਈਵਨ ਜਿਹੜੇ ਵੇਟ ਲਿਫਟਿੰਗ ਵਗੈਰਾ ਕਰ ਰਹੇ ਨੇ ਇਹ ਪਾਊਡਰ ਖਾਂਦੇ ਨੇ, ਉਹਨਾਂ ਚ ਜਿਨਸੈਂਗ ਕਾਫੀ ਵੱਡੀ ਮਾਤਰਾ ਚ ਭਰੀ ਪਈ ਹੈ।
ਮਰਦਾਨਾ ਕਮਜ਼ੋਰੀ ਲਈ ਵਾਕਈ ਇਹ ਬਹੁਤ ਅਸਰਦਾਰ ਜੇ ਇਹ ਆਮ ਡਾਕਟਰ ਵੀ ਪ੍ਰਿਸਕ੍ਰਾਈਬ ਕਰ ਰਹੇ ਨੇ। ਹੁਣ ਇਹਦੇ ਨਾਲ ਲੋੜੋਂ ਵੱਧ ਦੇਖੋ ਇਹਦੀ ਵਰਤੋਂ ਨਾਲ ਵੀ ਜੋ ਤੁਹਾਡੇ ਨੱਕ ਵਿਚੋਂ ਲਹੂ ਵਗਣ ਲੱਗ ਸਕਦਾ, ਈਵਨ ਹਾਰਟ ਅਟੈਕ ਕਰ ਸਕਦੀ ਹੈ, ਤੁਹਾਡੀ ਟੋਟਲ ਨੀਂਦ ਉਡਾ ਸਕਦੀ ਹੈ, ਇਹਦੇ ਨਾਲ ਵੀ ਉਲਟੀਆਂ ਲੱਗ ਸਕਦੀਆਂ ਨੇ ਤੇ ਤੁਹਾਡੇ ਹੱਥ ਪੈਰ ਇਕਦਮ ਕੰਬਣ ਲੱਗ ਜਾਂਦੇ ਨੇ ਤੇ ਸਰੀਰੀ ਦਿਮਾਗੀ ਨੁਕਸ ਪੈ ਜਾਂਦੇ ਨੇ। ਯਾਨੀ ਇਹ ਚੀਜ਼ਾਂ ਜਿੱਥੇ ਅਸਰਦਾਰ ਨੇ ਉੱਥੇ ਮੈਂ ਭਾਜੀ ਤੁਹਾਡਾ ਪਿਛਲਾ ਪ੍ਰੋਗਰਾਮ ਮੈਂ ਹਰ ਵਾਰ ਤੁਹਾਨੂੰ ਕੀ ਕਹਿੰਦੀ ਹੁੰਦੀ ਹਾਂ ਕਿ ਤੁਹਾਡਾ ਪ੍ਰੋਗਰਾਮ ਬਹੁਤ ਜ਼ਿਆਦਾ ਲੋਕ ਦੇਖਦੇ ਨੇ, ਤੁਸੀਂ ਬੜੇ ਹਰਮਨ ਪਿਆਰੇ ਹੋ ਸਾਰੇ, ਪਰ ਉਹਦਾ ਹੁੰਦਾ ਕੀ ਜੇ ਕਿ ਤੁਹਾਡਾ ਪਿਛਲਾ ਪ੍ਰੋਗਰਾਮ ਆਪਣਾ ਮੇਰਾ ਖਿਆਲ ਸ਼ਾਇਦ ਤੁਹਾਨੂੰ ਅੰਦਾਜ਼ਾ ਵੀ ਨਹੀਂ ਹੋਣਾ ਕਿੰਨੇ ਵਟਸਐਪ ਤੇ ਕਿੰਨੇ ਫੇਸਬੁੱਕਾਂ ਤੇ ਉਹ ਘੁੰਮਿਆ, ਜੇ ਲੋਕ ਰਿਕਾਰਡਿੰਗ ਵਿੱਚੋਂ ਕਰ ਲੈਂਦੇ ਨੇ, ਮੈਂ ਉਹਨੂੰ ਕੱਟ ਕੇ ਭੇਜ ਦਿੰਦੇ ਹਾਂ, ਉਹ ਗੱਲ ਵਿੱਚ ਕੱਟ ਕੇ ਨਾ ਭੇਜੋ ਤੁਸੀਂ ਪ੍ਰੋਗਰਾਮ ਨਾ ਲੈ ਜਾ ਕਰੋ, ਸਾਨੂੰ ਪਤਾ ਤਾਂ ਲੱਗ ਜੇ ਵੀ ਇਹ ਭੈਣ ਜੀ ਹਰਛਿੰਦਰ ਕੌਰ ਨੇ, ਮੈਂ ਸਵਰਨ ਸਿੰਘ ਦਾਨੇ ਵਾਲੀ ਹਾਂ ਸਰ, ਦਾ ਕੱਟ ਕੇ ਨਾ ਉਹ ਮੈਨੂੰ ਹੀ ਲੋਕ ਪੁੱਛਦੇ ਨੇ ਇਹ ਕੀ ਠੀਕ ਹੈ, ਮੈਂ ਕਿਹਾ ਜੀ ਬੋਲ ਹੀ ਮੈਂ ਰਹੀ ਹਾਂ, ਨਾਲ ਦਾਨੇ ਵਾਲੀ ਵੀਰ ਹੈ, ਵੱਖਰੀ ਗੱਲ ਹੈ ਕਿ ਲੋਕਾਂ ਨੇ ਨਾਮ ਕੱਟ ਕੇ ਤੇ ਵਿਚਕਾਰੋਂ ਸਲਿਪ ਜਿਹੜੀ ਉਹ ਕਟਿੰਗ ਜੀ ਕਲਿੱਪ ਭੇਜੀ ਜਾ ਰਹੇ ਨੇ, ਇਹ ਬੇਅਸਰ ਜੇ ਜਦੋਂ ਪਤਾ ਹੀ ਨਹੀਂ ਕੌਣ ਦੱਸ ਰਿਹਾ ਤਾਂ ਕਿਉਂ ਇਹੋ ਜਿਹੀ ਚੀਜ਼ ਫਾਰਵਰਡ ਕਰਨੀ ਹੋਈ। ਪਰ ਉਹਦੇ ਅਸਰ ਹੇਠ ਜਿਵੇਂ ਲੋਕ ਧੜਾ ਧੜੇ ਕੈਪਸੂਲ ਖਾਸ ਕਰ ਹਲਦੀ ਦੇ ਜੋ ਦੇਖਣ ਚ ਆਏ ਨੇ, ਅੱਠ ਅੱਠ ਕੈਪਸੂਲ, ਦਸ ਦਸ ਕੈਪਸੂਲ ਆਪ ਵੀ ਖਾਣੇ, ਸਭ ਨੂੰ ਦੇਈ ਜਾਣੇ, ਮੇਰਾ ਮਕਸਦ ਇਹ ਸੀ ਕਿ ਸਾਰਿਆਂ ਨੂੰ ਦੱਸ ਸਕੀਏ। ਹਾਲਾਂ ਜੇ ਮੈਂ ਲਿਸਟ ਪੂਰੀ ਸੁਣਾਉਣ ਲੱਗਾ ਤੇ ਮੇਰਾ ਖਿਆਲ ਹੈ ਆਪਾਂ ਤਿੰਨ ਪ੍ਰੋਗਰਾਮ ਕਰ ਲਵਾਂਗੇ ਜੀ, ਬਾਕੀ ਕਾਲ ਦਾ ਵੀ ਕਹਿ ਦਿੰਦੇ ਜੇ ਕਿਸੇ ਵੀਰ ਨੇ ਕਾਲ ਕਰਨੀ ਤਾਂ 98-149-10-66 ਤੇ 92-104-10-66 ਤੇ ਗੱਲ ਕਰ ਸਕਦੇ ਹੋ। ਵਟਸਐਪ ਕਾਲ ਮੈਂ ਨਹੀਂ ਲੈ ਸਕਾਂਗਾ, ਸਿਰਫ ਮੈਸੇਜ ਹੀ ਜਿਹੜੇ ਹੈ ਜੀ ਉਹ ਲੈ ਸਕਾਂਗਾ। ਜੀ ਭੈਣ ਜੀ, ਜੀ ਇੱਕ ਹੁਣ ਦੇਖੋ ਹੁੰਦੀ ਜੇ ਇੱਕ ਲਾਲ ਬੈਰੀ ਜਿਹਦੇ ਨਾਮ ਤੇ ਜਿਹੜੀਆਂ ਆਉਂਦੀਆਂ ਨੇ ਉਹਨਾਂ ਨੂੰ ਕੁਝ ਵੱਖੋ ਵੱਖਰੀਆਂ ਭਾਸ਼ਾਵਾਂ ਚ ਨਾਮ ਦਿੱਤਾ ਜਿਹਦਾ ਨਾਮ ਕਾਮੂ ਕਾਮੂ ਵੀ ਕਹਿੰਦੇ ਨੇ, ਇਹ ਭਾਰ ਘਟਾਉਣ ਲਈ ਬੜੀਆਂ ਜ਼ਬਰਦਸਤ ਨੇ। ਯਾਨੀ ਜਦੋਂ ਭਾਰ ਘਟਾਉਣ ਲਈ ਇਹਦਾ ਬੜੀ ਬਕਾਇਦਾ ਮਿਣ ਕੇ ਨਿੱਕੇ ਤੋਲ ਨਾਲ ਛੋਟੇ ਗ੍ਰਾਮਾਂ ਦੇ ਵਿੱਚ ਦੇਣ ਵਾਲੀ ਚੀਜ਼ ਏ, ਪਰ ਇਹਦੀ ਵਾਧੂ ਵਰਤੋਂ ਨਾਲ ਸਾਡੇ ਜਰਨਲ ਵਿੱਚ 3 ਕੇਸ ਰਿਪੋਰਟ ਹੋਏ ਨੇ ਜਿੱਥੇ ਇਹਨੂੰ ਖਾਣ ਨਾਲ ਇਹਦੇ ਚ ਕਿਉਂਕਿ ਵਿਟਾਮਿਨ ਸੀ ਵੀ ਬਹੁਤ ਜ਼ਿਆਦਾ ਜੇ ਉਹਦੇ ਵੱਲੋਂ ਵੀ ਯਾਨੀ, ਪਰ ਇਹਦੇ ਹੁਣ ਜਦੋਂ ਲੋੜੋਂ ਵੱਧ ਖਾਧਾ ਜਾਂਦਾ ਕਿ ਹਾਂਜੀ ਹੋਰ ਛੇਤੀ ਭਾਰ ਘਟਾ ਲੈਂਦੇ ਹਾਂ ਥੋੜਾ ਹੋਰ ਵੱਧ ਲੈ ਲੈਂਦੇ ਹਾਂ, ਤਾਂ ਇਹਦੇ ਨਾਲ ਇਹਦੇ ਜਿਹੜੇ ਵਿਟਾਮਿਨ ਸੀ ਜ਼ਿਆਦਾ ਲੋਹ ਕਣ ਫਾਲਤੂ ਦੇ ਹਜ਼ਮ ਕਰਵਾ ਕੇ ਉਹਦੇ ਨਾਲ ਜਿਗਰ ਤੇ ਗੁਰਦੇ ਉੱਤੇ ਸਗੋਂ ਅਸਰ ਮਾੜੇ ਪੈ ਜਾਂਦੇ ਨੇ, ਦੀ ਪਰਤ ਪੂਰੀ ਤਰ੍ਹਾਂ ਖਰਾਬ ਹੋ ਸਕਦੀ ਹੈ, ਤੇਜ਼ਾਬ ਬਹੁਤ ਜ਼ਿਆਦਾ ਵੱਧ ਸਕਦਾ ਹੈ, ਖੱਟੇ ਡਕਾਰ, ਹਾਜ਼ਮਾ ਖਰਾਬ, ਇਹਦੇ ਨਾਲ ਵੀ ਤੁਹਾਨੂੰ ਇੱਕ ਵਾਰ ਦੀ ਤੇਜ਼ ਖਾਧੀ ਹੋਈ ਜੇ ਤੁਸੀਂ 10 ਦਿਨ ਖਾ ਲਵੋ ਯਕੀਨ ਜਾਣਿਓ ਕਈ ਵਾਰ ਮਹੀਨਾ ਪਾਰ ਲੱਗਦਾ ਤੁਹਾਡੀ ਨੀਂਦਰ ਰੈਗੂਲਰ ਲਿਆਉਣ ਵਿੱਚ, ਕਿਉਂਕਿ ਉਹ ਪੂਰਾ ਸਿਸਟਮ ਹੀ ਦਿਮਾਗ ਦੀ ਕਲੋਕ ਹੀ ਸੈਟਅਪ ਖਰਾਬ ਕਰ ਦਿੰਦਾ ਭੁੱਖ ਪੂਰੀ ਤਰ੍ਹਾਂ ਹੀ, ਕਿਉਂਕਿ ਇਹਦਾ ਮਕਸਦ ਇਸ ਦਵਾਈ ਇਹ ਜਿਹੜੀ ਹੁੰਦੀ ਜੇ ਲਾਲ ਪੈ ਰਹੀਆਂ ਥੋੜੀ ਤੁਹਾਡੀ ਭੁੱਖ ਘਟਾ ਦਿੰਦੀਆਂ ਨੇ, ਉਹ ਜਦੋਂ ਲੋੜੋਂ ਵੱਧ ਤੁਸੀਂ ਲੈ ਲਓ ਤੁਹਾਨੂੰ ਟੱਟੀਆਂ ਵੀ ਲੱਗ ਸਕਦੀਆਂ ਨੇ, ਕਬਜ਼ ਵੀ ਹੋ ਸਕਦਾ, ਅੰਤੜੀਆਂ ਰੁਕੀ ਜਾਂਦੀਆਂ ਨੇ, ਪਰ ਨਾਲੋ ਨਾਲ ਜਦੋਂ ਅੰਤੜੀਆਂ ਦੀ ਇੰਨੀ ਗੜਬੜ ਹੋਏ ਧੜਕਣ ਵੀ ਇਕਦਮ ਸਡਨ ਇਨਕਰੀਜ਼ ਹੋ ਸਕਦੀ ਹੈ, ਘਬਰਾਹਟ ਨਾਲ ਤੁਹਾਨੂੰ ਚੱਕਰ ਆਉਣੇ, ਤਰੇਲੀਆਂ ਆਉਣੀਆਂ, ਯਾਨੀ ਇਹ ਚੀਜ਼ਾਂ ਬਹੁਤ ਥੋੜੀ ਮਾਤਰਾ ਵਿੱਚ ਚਮਚੇ ਦਾ ਪੰਜਵਾਂ ਹਿੱਸਾ ਜਾਂ ਚੂੰਡੀ ਤੱਕ ਹੀ ਇਹ ਚੀਜ਼ਾਂ ਲੈਣ ਵਾਲੀਆਂ ਨੇ, ਜਿਹੜੀਆਂ ਬੂਟੀਆਂ ਲੋੜੋਂ ਵੱਧ
ਬਹੁਤ ਕਹਿਰ ਢਾ ਸਕਦੀਆਂ ਨੇ। ਸ਼ਬਦ ਇਸ ਕਰਕੇ ਦੱਸ ਰਹੀ ਹਾਂ ਕਿ ਜਿੱਥੇ ਮੌਤ ਤੱਕ ਹੋ ਗਈ ਹੋਵੇ, ਬੱਚਾ ਗਰਭ ਡਿੱਗ ਗਿਆ ਹੋਵੇ, ਉਹ ਤੁਸੀਂ ਸਮਝ ਲਓ ਕਿ ਕਿੰਨਾ ਇਹ ਤਗੜਾ ਸਿੱਧ ਹੋ ਸਕਦੀਆਂ, ਕਿੰਨੀਆਂ ਘਾਤਕ ਹੋਣਗੀਆਂ। ਹੁਣ ਕੁਝ ਚੀਜ਼ਾਂ ਨੇ ਜਿਹੜੀਆਂ ਦੇ ਭਾਜੀ ਉਹ ਦਰਖਤ ਦੀ ਛਾਲ ਤੋਂ ਸਾਡੀ ਦਵਾਈ ਬਣਦੀ, ਜੇ ਕੁਝ ਹੁਣ ਅਜਿਹੀਆਂ ਨੇ ਉਹਦੇ ਵਿੱਚ ਹਜ਼ਾਰਵਾਂ ਹਿੱਸੇ ਦੀ ਬੂੰਦ ਕੱਢ ਕੇ ਉਥੋਂ ਦਵਾਈ ਬਣਦੀ ਜੇ। ਦੱਸੋ ਤੁਸੀਂ ਅੰਦਾਜ਼ਾ ਲਾ ਲਓ ਜੇ ਅਰਕ ਤੇ ਉਹ ਕਿੱਥੇ ਕਿੰਨਾ ਸਟਰੋਂਗ ਹੋਊਗਾ, ਅੰਦਾਜ਼ਾ ਲਾ ਲਓ। ਬਿਲਕੁਲ, ਤੇ ਹੁਣ ਤੁਸੀਂ ਇਹ ਸੋਚ ਲਓ ਕਿ ਜਿਹੜਾ ਕਵੇ ਮੈਂ ਸਿੱਧਾ ਦਰਖਤੋਂ ਦੀ ਛਾਲ ਲਾ ਕੇ ਤੇ ਮੈਂ ਚੂਸ ਲੈਣਾ ਤੇ ਉਹ ਕੀ ਕਹਿਰ ਢਾ ਲਵੇਗਾ। ਸੋ ਇਹ ਇਸੇ ਤਰ੍ਹਾਂ ਹੁਣ ਜੇ ਜ਼ਹਿਰ ਤੋਂ ਵੀ ਦਵਾਈ ਕੋਈ ਬਣਦੀ ਜੇ ਤੇ ਉਹਦਾ ਕਰੋੜਵਾਂ ਹਿੱਸਾ ਕੱਢ ਕੇ ਪਿਓਰੀਫਾਈ ਕਰਕੇ ਹੀ ਬਣਦੀ ਜੇ। ਇਸ ਤਰ੍ਹਾਂ ਸਿੱਧੀ ਮਾਤਰਾ ਵਿਚ ਤਾਂ ਇੰਨੀ ਜ਼ਹਿਰੀਲੀ ਕਈ ਵਾਰ ਹੁੰਦੀ ਹੈ ਕਿ ਸੱਪ ਦਾ ਉਹ ਬੂੰਦ ਬਾਹਰ ਪਈ ਵੀ ਤੁਹਾਡੇ ਅੱਖ ਦੇ ਨੇੜੇ ਮੌਤ ਹੋ ਜਾਂਦੀ ਹੈ। ਸੋ ਉਸੇ ਜ਼ਹਿਰ ਚੋਂ ਦਵਾਈ ਵੀ ਬਣਦੀ ਜੇ, ਪਰ ਕਿਸ ਤਰੀਕੇ ਬਣਦੀ ਜੇ, ਕਿੰਨੀ ਡਾਇਲੂਸ਼ਨ ਚ ਬਣਨੀ ਜੇ, ਆਪਾਂ ਨੂੰ ਨੀ ਨਾ ਪਤਾ, ਇਹ ਤਾਂ ਉਹਨਾਂ ਨੂੰ ਡਾਕਟਰਾਂ ਨੂੰ ਪਤਾ, ਲੈਬ ਅਟੈਂਡੈਂਟਸ ਨੂੰ ਪਤਾ ਜੀ। ਬਿਲਕੁਲ, ਮੈਂ ਇਸੇ ਲਈ ਇਹ ਕਹਿਣਾ ਚਾਹ ਰਹੀ ਹਾਂ ਕਿ ਵਾਰ ਵਾਰ ਮੈਂ ਬੇਨਤੀ ਕਰ ਰਹੀ ਹਾਂ ਕਿ ਸਾਰੇ ਤੰਦਰੁਸਤ ਰਹਿਣ, ਸੁਰੱਖਿਅਤ ਰਹਿਣ, ਖੁਸ਼ ਰਹਿਣ, ਥੋੜੀ ਮਾਤਰਾ ਵਿਚ ਸਾਰੀਆਂ ਚੀਜ਼ਾਂ ਵਰਤੋ, ਪਰ ਸਵੇਰੇ ਦੁਪਹਿਰੇ ਸ਼ਾਮ ਦੁੱਧ ਹਲਦੀ ਰੱਬ ਦਾ ਵਾਸਤਾ ਜੇ ਨਾ ਕਰੋ, ਇਹ ਤੁਹਾਨੂੰ ਖਰਾਬ ਕਰੇਗੀ, ਅਬਜ਼ੋਰਬ ਨਹੀਂ ਹੁੰਦੀ, ਨੁਕਸਾਨ ਜ਼ਰੂਰ ਕਰ ਜਾਏਗੀ। ਇਸੇ ਤਰ੍ਹਾਂ ਮੇਥੀ ਪਲੀਜ਼ ਰੱਬ ਦਾ ਵਾਸਤਾ ਲੋੜੋਂ ਵੱਧ ਨਾ ਵਰਤੋ, ਤੁਸੀਂ ਰੋਜ਼ ਦਾ ਇੱਕ ਪਰੌਂਠਾ ਖਾਓ, ਮੈਨੂੰ ਤੇ ਦਾਨੇ ਵੀ ਲਿਆ ਵਾਲੀਆ ਵੀਰ ਨੂੰ ਯਾਦ ਕਰ ਲਿਆ ਕਰੋ, ਜੇ ਅਸੀਂ ਦੁਆਵਾਂ ਨਾਲ ਵੈਸੇ ਹੀ ਦੇ ਦਿਆਂਗੇ। ਇਹ ਸਬਜ਼ੀ ਇੱਕ ਵੇਲੇ ਦੀ ਰੋਜ਼ ਬਣਾ ਲਓ ਫਿਰ ਵੀ ਕੋਈ ਨਾ, ਪਰ ਉਸ ਤੋਂ ਵੱਧ ਇਹ ਨਾ ਹੋਏ ਵੀ ਅਸੀਂ ਖੇਤ ਚ ਚਰਨ ਹੀ ਬਹਿ ਗਏ ਹਾਂ ਵੀ ਸਵੇਰੇ ਦੁਪਹਿਰੇ ਸ਼ਾਮ ਸਾਰਾ ਮੇਥੀ ਆ ਜਾਵੇ। ਇਸ ਤਰ੍ਹਾਂ ਦੀ ਪਾਲਕ ਵੀ ਜੋ ਪਾਲਣ ਹਾਰ ਹੈ, ਪਰ ਲੋੜੋਂ ਵੱਧ ਉਹ ਵੀ ਤੁਹਾਨੂੰ ਖਰਾਬ ਕਰ ਦੀਜੇ। ਸੋ ਕੋਈ ਵੀ ਫਾਲਤੂ ਚੀਜ਼ ਨਾ ਲਿਆ ਕਰੋ ਜੀ। ਸੋ ਅੱਜ ਕਾਲਾਂ ਦੀ ਮੈਂ ਗੱਲ ਕਹੀ ਸੀ, ਸੋ ਅੱਜ ਕਾਲ ਵੀ ਨਹੀਂ ਆਈ, ਲੋਕਾਂ ਨੂੰ ਬੜਾ, ਸਾਡੇ ਲਿਸਨਰਸ ਨੂੰ ਬੜਾ ਇੰਟਰਸਟਿਡ ਲੱਗਿਆ ਹੋਣਾ ਜੀ ਅੱਜ ਦਾ ਟੌਪਿਕ। ਸੋ ਕੋਸ਼ਿਸ਼ ਜੇ ਹੈ ਮੇਰੇ ਕੋਲ ਇੱਕ ਦੋ ਮਿੰਟ ਦਾ ਸਮਾਂ ਹੈ, ਜੇਕਰ ਤੁਸੀਂ ਆਪਣਾ ਕੋਈ ਸਵਾਲਾਤ ਹੈਗਾ ਉਹ ਕਰ ਸਕਦੇ ਹੋ, ਤੇ ਮੈਂ ਵੇਖਦਾ ਜੀ ਜੇਕਰ ਕੋਈ ਮੈਸੇਜ ਨਹੀਂ ਆਇਆ ਜੀ ਹਜੇ ਤੱਕ। ਸੋ ਭੈਣ ਜੀ ਜਾਂਦੇ ਜਾਂਦੇ ਫਿਰ ਮੈਂ ਇੱਕ ਇਹ ਵੀ ਕਹਿੰਦਾ ਕਿ ਇੱਕ ਗੱਲ ਹੋਰ ਹੈ ਕਿ ਕਈ ਸੜਕਾਂ ਦੇ ਉੱਤੇ ਬੈਠੇ ਹੁੰਦੇ ਨੇ ਜੜੀਆਂ ਬੂਟੀਆਂ ਵਾਲੀਆਂ, ਤੇ ਹੋਰ ਇੱਕ ਬੜੀਆਂ ਐਡਵਰਟੀਜ਼ਮੈਂਟ ਬੜੀਆਂ ਚੱਲਦੀਆਂ ਨੇ, ਦੇਸੀ ਟੋਟਕੇ ਬੜੇ ਮਸ਼ਹੂਰ ਰੇਡੀਓ ਤੇ ਹੋਰ ਹੁੰਦੇ ਨੇ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਜੀ ਬਿਲਕੁਲ, ਉਹਨਾਂ ਵਿਚ ਇੱਕ ਐਕੋਨਾਈਟ ਦਵਾਈ ਵਰਤੀ ਜਾਂਦੀ ਜੇ, ਤਰ੍ਹਾਂ ਮੈਂ ਹੁਣ ਤੁਹਾਨੂੰ ਉਹਦੇ ਪ੍ਰਤੀਕ ਉਹਦੀ ਜਿਹੜੀ ਤੁਸੀਂ ਕਹਿ ਲਓ ਕਿ ਪੈਨ ਦੀ ਨਿਬ ਜਿੰਨੀ ਜਿਹੜੀ ਹੁੰਦੀ ਜੇ ਨਾ, ਉਹਦੇ ਓਨੀਆਂ ਪੰਜ ਕ ਨਿਬਾਂ ਦੇ ਨਿਸ਼ਾਨ ਲਾ ਕੇ ਦੇਖ ਲੋ, ਓਨੀ ਕ ਤਾਂ ਠੀਕ ਜੇ, ਜਦੋਂ ਉਸ ਤੋਂ ਵੱਧ ਲੈ ਜਾਂਦੇ ਹੋ ਤੁਹਾਡੇ ਸਾਹ ਦਾ ਸੈਂਟਰਲ ਸਿਸਟਮ ਹੀ ਕੰਮ ਕਰਨਾ ਬੰਦ ਕਰ ਦਿੰਦਾ, ਮੌਤ ਹੋ ਜਾਂਦੀ ਹੈ। ਯਾਨੀ ਤੁਸੀਂ, ਮੈਂ ਇਸ ਕਰਕੇ ਕਹਿ ਰਹੀ ਹਾਂ ਕਿ ਤੁਸੀਂ ਜਿਨ੍ਹਾਂ ਨੇ ਕੋਈ ਪੜ੍ਹੇ ਲਿਖੇ ਨਹੀਂ, ਜਿਨ੍ਹਾਂ ਨੂੰ ਪਤਾ ਨਹੀਂ ਕਿਸ ਤਰ੍ਹਾਂ ਟਾਈਟ੍ਰੇਸ਼ਨ ਆਫ ਡਰੱਗ ਹੁੰਦੀ ਜੇ, ਇਹ ਬੇਲੋੜੀਆਂ ਸੜਕਾਂ ਦੇ ਕਿਨਾਰਿਆਂ ਤੇ ਲੈ ਕੇ ਦਵਾਈਆਂ ਜਿਨ੍ਹਾਂ ਵਿਚ ਸਟੀਰੋਇਡ ਤੱਕ ਪਾਏ ਹੁੰਦੇ ਨੇ, ਟੈਸਟਿੰਗ ਪੀਜੀਆਈ ਵਿਚ ਹੋ ਚੁੱਕੀ, ਜਿਨ੍ਹਾਂ ਵਿਚ ਇਹ ਦੂਸਰੀਆਂ ਅੰਗਰੇਜ਼ੀ ਦਵਾਈਆਂ ਨੂੰ ਪੀਸ ਕੇ ਮਿਲਾ ਕੇ ਦੇ ਦਿੰਦੇ ਨੇ, ਇਹ ਮੈਂ ਦੱਸ ਰਹੀ ਹਾਂ ਟੈਸਟਿੰਗ ਪੀਜੀਆਈ ਚ ਹੋਈ ਹੋਈ ਹੈ, ਜਿਨ੍ਹਾਂ ਤੇ ਥੀਸਿਸ ਹੋਇਆ ਸੀ ਕਿ ਇਹ ਜਿਹੜੇ ਸੜਕ ਕਿਨਾਰੇ ਬੈਠ ਕੇ ਜੋ ਇਹ ਦੇ ਰਹੇ ਨੇ ਇਹ ਚੂਰਨ ਕਹਿ ਕੇ ਉਹਦੇ ਵਿਚ ਕੀ ਕੁਝ ਹੈ, ਉਹ ਤੁਹਾਨੂੰ ਕੁਝ ਸਮੇਂ ਲਈ ਤੁਰੰਤ ਆਰਾਮ ਦਿਸਦਾ ਸਟੀਰੋਇਡ ਕਰਕੇ ਕਿ ਹਾਂ ਮੈਂ ਬਹੁਤ ਠੀਕ ਹੋ ਗਿਆ। ਉਹਦੇ ਵਿਚਲੇ ਜੋ ਇਨੀਸ਼ੀਅਲ ਇਹ ਤੁਸੀਂ ਹਰਬਸ ਪਾ ਦਿੰਦੇ ਨੇ ਉਹਨਾਂ ਨਾਲ ਜ਼ਿੰਕੋ ਬਿਲੋਬਾ ਪੈ ਗਿਆ, ਇਹ ਤੁਹਾਨੂੰ ਇਕਦਮ ਐਨਰਜੀ ਮਹਿਸੂਸ ਹੋਈ,
ਪਰ ਜਿਹੜੀ ਉਹਨੇ ਹਫ਼ਤੇ ਬਾਅਦ ਹੀ ਤੁਹਾਡਾ ਨਾਸ ਮਾਰਨਾ ਸ਼ੁਰੂ ਕਰ ਦੇਣਾ ਹੌਲੀ ਹੌਲੀ, ਉਹ ਤੁਹਾਨੂੰ ਅੰਦਾਜ਼ਾ ਹੀ ਨਹੀਂ ਹੁੰਦਾ ਜਦੋਂ ਗੁਰਦਾ ਉੜ ਗਿਆ, ਜਿਗਰ ਉੜ ਗਿਆ, ਢੇਰਾਂ ਦੇ ਢੇਰ ਭਾਜੀ ਆ ਕੇ ਕਦੇ ਵੇਖੋ ਸਾਡੇ ਡਾਇਲਸਿਸ ਦੀ ਵਾਰੀ ਨਹੀਂ ਆਉਂਦੀ ਤੇ ਉਹਨਾਂ ਵਿਚ 90 ਤੋਂ ਉੱਤੇ ਫੀਸਦ ਉਹਨੇ ਜਿਹੜੇ ਹਰਬਲ ਦਵਾਈਆਂ ਖਾ ਖਾ ਕੇ ਸੱਤਿਆ ਨਾਸ ਕਰ ਲਿਆ। ਮੈਂ ਇਸੇ ਲਈ ਚਾਹੁੰਦੀ ਹਾਂ ਕਿ ਇਹ ਸਾਰਿਆਂ ਦਾ, ਕਿਉਂਕਿ ਤੁਹਾਡਾ ਪ੍ਰੋਗਰਾਮ ਲੱਖਾਂ ਦੀ ਗਿਣਤੀ ਚ ਜਾਂਦਾ, ਕਿ ਜਿਹੜੇ ਸੁਣ ਰਹੇ ਨੇ ਸਾਰਿਆਂ ਅੱਗੇ ਬੇਨਤੀ ਹੈ ਤੁਸੀਂ ਤੰਦਰੁਸਤ ਰਹੋ, ਇਸ ਕਰਕੇ ਪ੍ਰੋਗਰਾਮ ਕੀਤਾ ਗਿਆ। ਪਰ ਇਹ ਲੋੜੋਂ ਵੱਧ ਹਰਬਲ ਦਵਾਈਆਂ ਵੀ ਨਾ ਖਾਓ, ਜੇ ਸਾਨੂੰ ਐਲੋਪੈਥੀ ਲੱਗਦਾ ਗੜਬੜ ਕਰਦੀ ਹੈ ਤਾਂ ਹਰਬਲ ਵੀ ਕਰ ਸਕਦੇ, ਉਸ ਤੋਂ ਵੀ ਤਗੜੀ ਐਲਰਜੀ ਕਰ ਜਾਂਦੀਆਂ ਨੇ। ਸੋ ਇਹਨਾਂ ਤੇ ਥੋੜਾ ਆਪਣੇ ਸਰੀਰ ਤੇ ਰਹਿਮ ਕਰੋ, ਕੁਦਰਤੀ ਤਰੀਕੇ ਕਾਲ ਲੈ ਲਈਏ ਭੈਣ ਜੀ 9164 ਤੇ ਆਉਂਦੇ ਰਹੋ ਜੀ। ਸਤਿ ਸ੍ਰੀ ਅਕਾਲ ਬਾਈ, ਸਤਿ ਸ੍ਰੀ ਅਕਾਲ ਦੋਨੋ ਵੀਰ, ਮੈਂ ਸੁਖਦੀਪ ਸਿੰਘ ਬੋਲਦਾ ਰਮਾਣਾ ਰਵੇਸ ਸਿੰਘ ਬਜੇ ਤੋਂ ਜੀ। ਹਾਂਜੀ, ਮੈਂ ਭੈਣ ਜੀ ਨੂੰ ਇਹੀ ਸਵਾਲ ਕਰਨਾ ਸੀ ਆਪਣੇ ਸਰੀਰ ਬਾਰੇ ਵੀ ਨਾ, ਮੇਰੀ ਨਾ 42 ਸਾਲ ਦੀ ਉਮਰ ਹੈ ਜੀ, ਜਦੋਂ ਨਾ ਵੀ ਪੈ ਜਾਂਦੇ ਆ ਤੇ ਉਦੋਂ ਨਾ ਸੁੱਤੇ ਪੈ ਜਾਂਦੇ, ਬਾਅਦ ਵਿਚ ਬਾਹਾਂ ਦੁਖਣ ਲੱਗ ਜਾਂਦੀਆਂ ਜੀ ਟੌਲਿਆਂ ਤੋਂ, ਤੇ ਇਹ ਕੀ ਕਾਰਨ, ਕੀ ਘਾਟ ਹੋ ਸਕਦੀ ਜੀ? ਧੰਨਵਾਦ ਜੀ। ਮੈਂ ਉਹੀ ਸਵਾਲ ਮੈਂ ਪੁੱਛਣਾ ਸੀ, ਸ਼ੂਗਰ ਤਾਂ ਨਹੀਂ ਹੈ ਜੇ ਇਹ ਦੱਸ ਦਿੰਦੇ ਕੋਈ ਸ਼ੂਗਰ ਜਾਂ ਬਲੱਡ ਪ੍ਰੈਸ਼ਰ ਇਹ ਨਾ ਹੋਵੇ, ਜ਼ਰੂਰ ਇਹ ਚੀਜ਼ਾਂ ਚੈੱਕ ਕਰਾ ਲਵੋ। ਕਈ ਵਾਰ ਨਮਕ ਦੀ ਕਮੀ, ਪੋਟਾਸ਼ੀਅਮ ਦੀ ਕਮੀ ਵੀ ਪ੍ਰੋਬਲਮ ਕਰ ਦਿੰਦੀ ਹੈ। ਸੋ ਦੇਖੋ ਤੁਸੀਂ ਰੋਜ਼ਾਨਾ ਪਸੀਨੇ ਨਾਲ ਵੀ ਇਹ ਹੋ ਜਾਂਦਾ, ਤੁਸੀਂ ਨਿੰਬੂ ਪਾਣੀ ਨਮਕ ਚੀਨੀ ਪਾ ਕੇ ਲੈ ਸਕਦੇ। ਪਰ ਪਹਿਲਾਂ ਟੈਸਟ ਕਰਾਓ ਇੱਕ ਵਾਰ, ਬਲੱਡ ਪ੍ਰੈਸ਼ਰ ਜਾਂ ਡਾਇਬਟੀਜ਼ ਨਾ ਹੋਵੇ, ਜਾਂ ਕੋਈ ਜੇ ਦਵਾਈਆਂ ਖਾ ਰਹੇ ਹੋ ਉਹ ਵੀ ਚੈੱਕ ਕਰੋ ਕਿਹੜੀਆਂ ਤੇ ਕਿੰਨੀ ਮਾਤਰਾ ਵਿਚ ਜਾ ਰਹੀਆਂ ਨੇ। ਐਕਸੈਸਿਵ ਪ੍ਰੋਟੀਨ ਜੋ ਅਸੀਂ ਡੋਲੇ ਬਣਾਉਣ ਲਈ ਲੈ ਜਾਂਦੇ ਹਾਂ ਉਹ ਵੀ ਨੁਕਸਾਨ ਕਰ ਦਿੰਦਾ। ਫਿਰ ਲੋੜੋਂ ਵੱਧ ਤੁਸੀਂ ਵੇਟ ਲਿਫਟਿੰਗ ਜਿੰਨਾ ਸਰੀਰ ਚੱਲ ਸਕਦਾ ਉਸ ਤੋਂ ਉੱਪਰ ਕਰ ਰਹੇ ਹੋ, ਫਿਰ ਵੀ ਪੱਠੇ ਉਹਨਾਂ ਦਾ ਚੀਕਣਾ ਹੋ ਜਾਂਦਾ, ਰੋਂਦੇ ਨੇ ਕਿ ਕੀ ਸਾਨੂੰ ਇੰਨਾ ਨਾ ਕਰੋ ਬਸ ਕਰੋ। ਉਹ ਬ੍ਰੇਕ ਡਾਊਨ ਜਿਹੜੀ ਮਸਲ ਦੀ ਹੁੰਦੀ ਉਹ ਵੀ ਦਰਦ ਪੈਦਾ ਕਰ ਸਕਦੀ ਹੈ ਜੀ। ਸੈਣੀ ਸਾਹਿਬ ਸਤਿ ਸ੍ਰੀ ਅਕਾਲ ਜੀ, ਆਉਣੇ ਡਾਕਟਰ ਸਾਹਿਬ ਨੂੰ ਪੁੱਛਣਾ ਸੀ ਹੈ ਕਿ ਕੋਈ ਮਾਰਕੀਟ। ਹਾਂਜੀ, ਡਾਕਟਰ ਹਰਸ਼ਿੰਦਰ ਕੌਰ ਜੀ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਤੁਲਸੀ ਦੇ ਵਿਚ ਕੋਈ ਮਰਕਰੀ ਦਾ ਤੱਤ ਵੀ ਹੁੰਦਾ ਹੈ ਕਿ ਜਿਹੜਾ ਸਕਿਨ ਦੀ ਡਿਜ਼ੀਜ਼ ਨੂੰ ਵਧਾਉਂਦਾ? ਤੁਲਸੀ ਦੇ ਵਿਚ ਬਹੁਤ ਜਿਹੜੇ ਅਸੀਂ ਲੈਣਾ ਹੁੰਦਾ ਥੋੜੀ ਮਾਤਰਾ ਚ, ਮੈਂ ਦੱਸ ਰਹੀ ਹਾਂ ਜਿਵੇਂ 2 ਪੱਤੇ ਲੈ ਲਏ ਬਹੁਤ ਸਫੀਸ਼ੀਐਂਟ ਨੇ। ਇਸ ਤੋਂ ਇਹਦੇ ਨਾਲ ਜੋ ਵੀ ਅਸੀਂ ਦੇਖਣਾ ਹੁੰਦਾ, ਅਸੀਂ ਆਮ ਤੌਰ ਤੇ ਕੱਚੀ ਤੁਲਸੀ ਖਾਣ ਨੂੰ ਨਹੀਂ ਕਹਿੰਦੇ, ਪਰ ਇਹਦੀ ਪੇਸਟ ਬਣਾ ਕੇ ਜਦੋਂ ਚਮੜੀ ਤੇ ਲਾਉਂਦੇ ਆ ਤਾਂ ਇਹ ਦਾਣੇ ਜਾਂ ਜਿਹੜੇ ਦਾਗ ਨੇ ਉਹ ਪ੍ਰੋਪਰ ਤਰੀਕਾ ਹੁੰਦਾ ਵਰਤਣ ਦਾ ਜਿਹੜਾ ਤੁਸੀਂ ਲਾ ਸਕਦੇ, ਉਹਦੇ ਨਾਲ ਇਹ ਠੀਕ ਹੋ ਸਕਦੇ ਨੇ। ਬਿਲਕੁਲ ਇਸੇ ਤਰ੍ਹਾਂ ਮੇਥੀ ਦਾ ਵੀ ਲੇਪ ਲਾ ਕੇ ਤੁਸੀਂ ਫੇਸ ਤੇ ਰੱਖ ਸਕਦੇ ਹੋ, ਜਿਹਦੇ ਚ ਉਹਦੇ ਨਾਲ ਵੀ ਮੇਥਰਿਆਂ ਦਾ ਰਾਤ ਨੂੰ ਤੁਸੀਂ ਓਲਿਵ ਆਇਲ ਚ ਭਿਉ ਕੇ ਜਾਂ ਵਰਜਿਨ ਕੋਕੋਨਟ ਆਇਲ ਚ ਭਿਉ ਕੇ ਉਹ ਤੁਸੀਂ ਲੇਪ ਸਵੇਰੇ ਜੇ ਲਾ ਕੇ ਤੇ ਉਸ ਤੋਂ ਬਾਅਦ ਸ਼ੈਂਪੂ ਕਰ ਲਵੋ, ਇਹ ਕਾਫੀ ਚਮੜੀ ਤੇ ਵਾਲਾਂ ਲਈ ਅਸਰਦਾਰ ਨੇ। ਪਰ ਮੈਂ ਤੁਹਾਨੂੰ ਮਾਤਰਾ ਵਾਰ ਵਾਰ ਦੁਹਰਾ ਰਹੀ ਹਾਂ ਕਿ ਥੋੜਾ ਹਿਸਾਬ ਨਾਲ ਰੱਖ, 2 ਪੱਤੇ ਤੁਲਸੀ ਤੋਂ ਉੱਪਰ ਨਾ ਲਏ। ਅੱਛਾ ਜੀ, ਉਹ ਮੈਸੇਜ ਆ ਗਿਆ ਜੀ ਮੈਂ ਉਹਨਾਂ ਦਾ, ਸੁਖਦੀਪ ਦਾ, ਕਹਿੰਦੇ ਵੀ ਮੈਨੂੰ ਸ਼ੂਗਰ ਘੱਟ ਜਾਂਦੀ ਹੈ। ਹਾਂਜੀ, ਫਿਰ ਜ਼ਰੂਰ ਟੈਸਟਿੰਗ ਕਰਾਓ ਜੀ, ਫਾਸਟਿੰਗ ਵੀ, ਪੋਸਟ ਪਰੈਂਡੀਅਲ ਵੀ,
ਯਾਨੀ ਇੱਕ ਨਿਰਣੇ ਕਾਲ ਜੇ ਇੱਕ ਖਾਣੇ ਤੋਂ 2 ਘੰਟੇ ਬਾਅਦ ਦੀ, ਇਹ ਕਰਾ ਕੇ ਸਾਨੂੰ ਅਗਲੇ ਪ੍ਰੋਗਰਾਮ ਵਿਚ ਦੱਸਣ ਤਾਂ ਜ਼ਰੂਰ ਆਪਾਂ ਉਹਨਾਂ ਦੀ ਜੀ ਵਟਸਐਪ ਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਕੌਣ ਸਾਹਿਬ ਕਿੱਥੋਂ ਬੋਲ ਰਹੇ ਹੋ? ਮੈਂ ਸਰਜੀਤ ਸਿੰਘ ਬੋਲ ਰਿਹਾ ਜੀ, ਸਕਰਾਮਲ ਤੋਂ। ਜੀ ਸਤਿ ਸ੍ਰੀ ਅਕਾਲ ਜੀ ਸਰਜੀਤ। ਮੈਂ ਪੁੱਛਣਾ ਸੀ ਭੈਣ ਜੀ ਨੂੰ ਵੀ ਮੈਂ ਉਹ ਮੇਰੀ ਮਜਬੂਰੀ ਸੀਗੀ ਕਿਸੇ ਵੇਲੇ ਉਹ ਹਾਈਡਰੋਕੋਡੀਨ ਖਾਣ ਦੀ ਬੈਕ ਦੀ ਪ੍ਰੋਬਲਮ ਕਰਕੇ, ਤਾਂ ਮੈਂ ਲੈਣਾ ਹੈਗਾ ਆ ਮੋਟਾ ਮੀਟਾਮੋਸਲ ਆ ਜਿਹੜਾ ਹੁਣੀ ਇਹਨਾਂ ਨੇ ਜ਼ਿਕਰ ਕੀਤਾ ਸੀਗਾ ਆਪਣੇ ਦਾ ਇਸਬਗੋਲ ਦਾ, ਉਹ ਹੁੰਦੀ ਉਹਦੇ ਚ ਥੋੜੀ ਜਿਹੀ, ਤੇ ਮੈਂ ਲਗਾਤਾਰ ਲੈ ਰਿਹਾ ਲੈਣਾ ਹੁੰਦਾ ਇੱਕ ਚਮਚਾ ਪਾਣੀ ਦੇ ਵਿੱਚ ਘੋਲ ਕੇ ਸਵੇਰ ਨੂੰ ਜਾਂ ਕਿਸੇ ਵੇਲੇ ਦੀ ਵੀ ਉਹ ਜ਼ਿਆਦਾ ਲਗਾਤਾਰ ਲੈਣ ਦੇ ਨਾਲ ਕੋਈ ਨੁਕਸਾਨ ਤਾਂ ਨਹੀਂ ਹੈ? ਜ਼ਿਆਦਾ ਇੱਕ ਚਮਚੇ ਤੋਂ ਵੱਧ ਨਹੀਂ ਲੈਂਦਾ ਹੈਗਾ ਮੈਂ ਜੀ ਭੈਣ ਜੀ? ਨਹੀਂ ਬਿਲਕੁਲ ਨਹੀਂ ਜੀ, ਬਿਲਕੁਲ ਭਾਜੀ ਕੋਈ ਫਿਕਰ ਨਾ ਕਰੋ, ਇੱਕ ਚਮਚੇ ਨਾਲ ਕੁਝ ਨਹੀਂ ਹੁੰਦਾ। ਉਹ ਹੁੰਦਾ ਜਦੋਂ ਅਸੀਂ ਸਵੇਰੇ ਸ਼ਾਮ 3-3 ਚਮਚੇ 4-4 ਚਮਚੇ ਲੈਣੇ ਸ਼ੁਰੂ ਕਰਕੇ ਤਾਂ ਜ਼ਰੂਰ ਉਹਦੇ ਨਾਲ ਗੜਬੜ ਹੋ ਜਾਂਦੀ ਜੇ। ਬਿਲਕੁਲ ਇੱਕ ਚਮਚ ਨਾਲ ਕੋਈ ਪ੍ਰੋਬਲਮ ਨਹੀਂ, ਤੁਸੀਂ ਲੈ ਸਕਦੇ ਹੋ। ਕੁਝ ਤੁਸੀਂ, ਮੈਂ ਇੱਕ ਬਹੁਤ ਜ਼ਰੂਰੀ ਗੱਲ ਦੱਸਣਾ ਚਾਹੁੰਦੀ ਹਾਂ, ਅੱਜ ਕੱਲ ਜਿਹੜੇ ਬਾਹਰ ਫਰਾਈਡ ਚੀਜ਼ਾਂ ਮਿਲ ਰਹੀਆਂ ਨੇ ਉਹਨਾਂ ਵਿੱਚ ਇਸਬਗੋਲ ਪੀਸ ਕੇ ਉਹਦੀ ਅੱਗੇ ਕਵਰਿੰਗ ਉੱਤੇ ਬਣਾ ਕੇ ਉਹਨੂੰ ਕ੍ਰਿਸਪ ਕਰਨ ਲਈ ਕੀਤਾ ਜਾ ਰਿਹਾ ਜੀ। ਉਹ ਕ੍ਰਿਸਪ ਕਰਨ ਲਈ ਅੱਜ ਕੱਲ ਇਹੀ ਵਰਤਿਆ ਜਾ ਰਿਹਾ ਇਸਬਗੋਲ, ਇਹਦੇ ਨਾਲ ਕਾਫੀ ਕ੍ਰਿਸਪ ਹੋ ਜਾਂਦੀ ਹੈ ਚੀਜ਼, ਸਬਜ਼ੀਆਂ ਵਿੱਚ ਵੀ, ਚਿਕਨ ਵਿੱਚ ਵੀ, ਮੀਟ ਵਿੱਚ ਵੀ। ਕਿਰਪਾ ਕਰਕੇ ਪਲੀਜ਼ ਈਵਨ ਆਲੂਆਂ ਦੇ ਉੱਤੇ ਲਾ ਕੇ ਵੀ ਇਹ ਵਰਤਿਆ ਜਾ ਰਿਹਾ। ਸੋ ਜਦੋਂ ਇਹੋ ਜਿਹੀ ਡਿਸ਼ ਤੁਸੀਂ ਲੈ ਰਹੇ ਹੋ ਜਿਹੜੀ ਫਰਾਈਡ, ਜਿਹੜੀ ਬਾਹਰਲੀ ਕ੍ਰਿਸਪ, ਉਸ ਦਿਨ ਇਹ ਨਾ ਖਾਇਓ, ਕਿਉਂਕਿ ਉਹ ਫਿਰ ਆਲਰੇਡੀ ਉਹਦੇ ਚ ਐਕਸੈਸ ਹੁੰਦਾ, ਜੇ ਤੁਸੀਂ 2-3 ਚਮਚਿਆਂ ਜੋਗਾ ਤਾਂ ਉਹਦੇ ਚ ਹੀ ਖਾ ਜਾਂਦੇ ਹੋ ਜੀ। 2 ਗੱਲਾਂ ਜਲਦੀ ਨਾ ਲਊਂਗਾ ਜੀ, ਸਮਾਪਤੀ ਦਾ ਟਾਈਮ ਹੋ ਗਿਆ, ਉੱਤੇ ਜਾ ਰਿਹਾ ਟਾਈਮ। ਖਾਲਸਾ ਜੀ ਸਤਿ ਸ੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ। ਚੂਰਨ ਦੀ ਵਰਤੋਂ ਕਿੰਨੀ ਕਰਨੀ ਚਾਹੀਦੀ? ਕਿਹੜਾ ਚੂਰਨ ਜੀ? ਚੂਰਨ ਕਿਹੜਾ ਜੀ? ਕੋਈ ਚੂਰਨ ਜਿਵੇਂ ਕੈਮ ਚੂਰਨ, ਜਿਵੇਂ ਉਹ ਜੀ ਟੈਬਲੇਟਸ ਆਉਂਦੀਆਂ ਗੋਲੀਆਂ ਆਉਂਦੀਆਂ। ਅੱਛਾ, ਕਬਜ਼ ਕੁਛੇ ਚੂਰਨ? ਦੇਖੋ ਭਾਜੀ, ਜਿਹੜਾ ਕਾਇਮ ਚੂਰਨ ਹੈ ਨਾ ਜੀ, ਉਹ ਤਾਂ ਦੇਖੋ ਸਾਡੇ ਕਾਫੀ ਹੈਬਿਟ ਫਾਰਮਿੰਗ, ਉਹਨੂੰ ਜਿਵੇਂ ਨਾ ਨਸ਼ੇ ਦੀ ਲੱਤ ਹੁੰਦੀ ਜੇ, ਐਗਜੈਕਟਲੀ ਇਹਨੂੰ ਉਸੇ ਤਰ੍ਹਾਂ ਸਾਡੀ ਮੈਡੀਕਲ ਦੀ ਕਿਤਾਬ ਵਿੱਚ ਛਪ ਕੇ ਆ ਚੁੱਕਿਆ ਕਿ ਇਹ ਤੁਹਾਨੂੰ ਆਦੀ ਬਣਾ ਦਿੰਦਾ ਜੇ, ਤੁਹਾਡੀ ਮੂਵਮੈਂਟ ਜਿਹੜੀ ਅੰਤੜੀਆਂ ਦੀ ਉਹਨੂੰ ਉਸ ਤੋਂ ਬਗੈਰ ਨਾਰਮਲ ਮੂਵਮੈਂਟ ਹੀ ਨਹੀਂ ਹੁੰਦੀ। ਸੋ ਉਹਦੇ ਆਦੀ ਨਾ ਬਣੋ, ਉਹਦੇ ਨਾਲੋਂ ਤੁਸੀਂ ਜਿਵੇਂ ਇਹ ਲੈ ਰਹੇ ਹੋ ਰੈਗੂਲਰ, ਤਾਂ ਹੌਲੀ ਹੌਲੀ ਇਹਨੂੰ ਕੋਸ਼ਿਸ਼ ਕਰੋ ਜੇ ਘਟਾ ਸਕਦੇ ਹੋ, ਨੈਚੁਰਲ ਚੀਜ਼ਾਂ ਤੇ ਆਈਏ। ਜਿਵੇਂ ਮੈਂ ਦੱਸਿਆ ਇਸਬਗੋਲ ਇੱਕ ਚਮਚ, ਉਸ ਤੋਂ ਕਿਤੇ ਬਿਹਤਰ ਹੈ, ਤੁਸੀਂ ਉਹ ਲੈ ਸਕਦੇ ਹੋ। ਪਰ ਕਾਇਮ ਚੂਰਨ ਇੱਕ ਵਾਰ ਸ਼ੁਰੂ ਕਰਕੇ ਅਸੀਂ ਘੱਟ ਹੀ ਦੇਖੇ ਨੇ ਜਿਹੜੇ ਉਸ ਤੋਂ ਪਰਾਂ ਹੋ ਸਕਣ, ਕਿਉਂਕਿ ਉਹ ਅੰਤੜੀਆਂ ਨੂੰ ਆਦੀ ਬਣਾ ਦਿੰਦਾ, ਉਹਦੀ ਮੂਵਮੈਂਟ ਹੀ ਉਹਦੇ ਹਿਸਾਬ ਨਾਲ ਹੋਣ ਲੱਗ ਜਾਂਦੀ ਹੈ। ਸੋ ਮੈਂ ਬੇਨਤੀ ਕਰ ਸਕਦੀ ਹਾਂ ਜੇ ਘਟਾ ਕੇ ਹੌਲੀ ਹੌਲੀ ਇਸਬਗੋਲ ਵੱਲ ਨੂੰ ਤੁਰ ਪੈਣ, ਉਹ ਜ਼ਿਆਦਾ ਬਿਹਤਰ ਹੋਏਗਾ ਜੀ। ਲਾਸਟ ਕਾਲ ਲਵਾਂਗੇ ਜੀ 98-49। ਹੈਲੋ, ਹਾਂਜੀ 9889822 ਨਿਊ ਜਰਸੀ ਤੋਂ ਕਾਲ ਹੈ ਜੀ। ਚਲੋ ਧੰਨਵਾਦ ਭੈਣ ਜੀ ਤੁਹਾਡਾ, ਸ਼ੁਕਰੀਆ, ਬਹੁਤ ਮਿਹਰਬਾਨੀ। ਸੋ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਲਈ ਤੁਹਾਡੇ ਤੋਂ ਆਗਿਆ ਲੈਂਦੇ ਹਾਂ ਜੀ। ਜੇਕਰ ਇਹ ਪ੍ਰੋਗਰਾਮ ਤੁਹਾਨੂੰ ਇਸੇ ਗੱਲਬਾਤ ਜਿਹੜੀ ਹੈ ਯੂਟਿਊਬ ਤੇ ਤੁਰੰਤ ਪ੍ਰੋਗਰਾਮ ਤੋਂ 10-15 ਮਿੰਟਾਂ ਬਾਅਦ ਮਿਲੇਗੀ। ਇਸ ਤੋਂ ਇਲਾਵਾ ਤੁਸੀਂ ਰੇਡੀਓ ਪੰਜਾਬ ਟੁੱਡ ਦੀ ਐਂਡਰਾਇਡ ਐਪ ਦੇ ਉੱਤੇ ਵੀ ਤਮਾਮ ਪ੍ਰੋਗਰਾਮ ਬੈਲ ਸੁਣ ਤੋਂ 15 ਮਿੰਟ ਬਾਅਦ ਸੁਣ ਸਕਦੇ। ਸੋ ਇਜਾਜ਼ਤ ਚਾਹੁੰਦੇ ਜੀ, ਮਿਹਰਬਾਨੀ।